MRI CT scan ਇਹਦੀਆਂ ਕਰਾਉਣੀਆਂ ਅਲੱਗ-ਅਲੱਗ ਸਾਡੇ ਕੋਲ ਫਿਰ MRI CT scan ਤੱਕ ਵੀ ਕਈ ਵਾਰੀ ਪਹਹਾ ਨਹੀਂ ਹੁੰਦਾ ਤੇ ਫਿਰ ਡਾਕਟਰ ਸਾਹਿਬ ਹੁਣਾਂ ਦਾ ਤਰਲਾ ਕੀਤਾ ਕਿ ਇਹਦਾ ਫਿਰ ਉਹਨਾਂ ਨੇ ਅੱਡੇ MRI ਕਰਾ ਕੇ ਦਿੱਤੀਆਂ ਹਰੀਆਂ ਨੂੰ ਫਿਰ ਬਾਅਦ ਇਹਦਾ ਪਤਾ ਲੱਗਾ ਕਿ ਉਹਨੂੰ ਕੈਂਸਰ ਬਿਮਾਰੀ ਇਹਦੇ ਵਿੱਚ ਅੱਛਾ ਏ ਬਿਲਕੁਲ ਨਹੀਂ ਹੀ ਕਟਾਉਣਾ ਚਾਹੁੰਦੀ ਇਹ ਤੇ ਹੰਦੇ ਨਾ ਬਸ ਬਾਰ ਬਾਰ ਇਹੋ ਹੀ ਪ੍ਰੈਸ਼ਰ ਹੀ ਵੀ ਮੈਨੂੰ ਮੈਂ ਲਾਤ ਨਹੀਂ ਕਟਾਉਣੀ ਮੌਤ ਆਉਂਦੀ ਰਾਜੇ ਜਾਂ ਟੀਕਾ ਲਵਾ ਦੋ ਸਰ aí ਕੀ ਦਸੀ ਕਿ ਇਹ ਵੀ ਰੋਂਦਿਆਂ ਦੀ ਸੀ ਤੇ ਆਪਾਂ ਵੀ ਥੋੜਾ ਜਿਆਦਾ ਨਾ ਪੜਦੇ ਨਾ ਰੋਲੀਦਾ ਹੀ ਕਿ ਇਹਨੂੰ ਪਤਾ ਨਾ ਲੱਗੇ ਵੀ ਆਪਾਂ ਵੀ ਮਤਲਬ ਇਹ ਧੋਖਾ ਹੁੰਦਾ ਹੈ ਇੱਕ ਮਤਲਬ ਕਿ ਕਹਿ ਹਾ ਤਾਂ ਵੀ ਅਸੀਂ ਕਿ ਪਖਾਰੀ ਵਾਲੇ ਸਾਹ ਤੇ ਆ ਚੁੱਕੇ ਹਾਂ ਮਾਹੌਲ ਤੇ ਤੇ ਕਈ ਅਮਲੇ ਕਹਿਣਾ ਵੀ ਲੋਕੀ ਝੂਠ ਮਾਰਦੇ ਆ ਮੈਂ ਕਿ ਮੈਂ ਝੂਠ ਨਹੀਂ ਮਾਰਨਾ ਪਈ ਆ ਬੇਟੀ ਸਾਹਮਣੇ ਆ ਵੀਡੀਓ ਕਾਲ ਕਰਕੇ ਵੇਹ ਲੋ ਬੱਚੀ ਨਾਲ ਗੱਲ ਕਰ ਲੋ ਹਸਪੀਟਲ ਤੋਂ ਪਤਾ ਕਰ ਲੋ ਆਨੂੰ ਕਈ ਕਹਿ ਦਿੰਦੇ ਫੇ ਇਹਨੂੰ ਪਿੰਗਲਵਾੜੇ ਛੱਡਿਓ ਜਾਂ ਇਸ ਤਰ੍ਹਾਂ ਦੀ ਵੀ ਕਈ ਰੀ ਸਾਨੂੰ ਮਤਲਬ ਕਿ ਕੀ ਦੱਸੇ ਅੰਦਰੂਨੀ ਕਹਿ ਦਿੰਦੇ ਮੇਰੀ ਵੈਫ ਨੂੰ ਅੱਜ ਵੀ ਉਹ ਹੌਸਲਾ ਕਰਦੀ ਡੈਡੀ ਤੁਸੀਂ ਮੈਨੂੰ ਬਚਾਲਿਆ ਮੈਂ ਤੇ ਹੀ ਬਚਣਾ ਚਾਹੁੰਦੀ ਤੁਸੀਂ ਮੈਨੂੰ ਟੀਕਾ ਲਵਾ ਦਿੰਦੇ ਚਾਹ ਮੈਂ ਮਰ ਜਾਂਦੀ ਉਹ ਚੰਗਾ ਹੈ ਦੀ ਕਈ ਵਾਰੀ ਦੇ ਤਰ੍ਹਾਂ ਹੰਦੇ ਮੈਂ ਮਾਰੀ ਜਾਵਾਂ ਸਸਿਗਾਰ ਟੀਵੀੰ ਦੇਖ ਰਹੇ ਦਰਸ਼ਕਾ ਦਾ ਮੈਂ ਪ੍ਰਦੀਪ ਅਰੋੜਾ ਹਾਰਦਿਕ ਸਵਾਗਤ ਕਰਦਾ ਹਾਂ ਦੋਸਤੋ ਤਸਵੀਰ ਪੰਜਾਬ ਦੀ ਪ੍ਰੋਗਰਾਮ ਦੇ ਵਿੱਚ ਅੱਜ ਤੁਹਾਡੀ ਮੁਲਾਕਾਤ ਉਸ ਧੀ ਦੇ ਪਰਿਵਾਰ ਨਾਲ ਕਰਵਾਉਣ ਜਾ ਰਹੇ ਆ ਜੇਸਤੀ ਨੂੰ ਕੁਝ ਸਾਲ ਪਹਿਲਾਂ ਕੈਂਸਰ ਹੋ ਜਾਂਦੀ ਹੈ ਅਤੇ ਪਰਿਵਾਰ ਦੇ ਹਾਲਾਤ ਬਾਤ ਤੋਂ ਬੱਤਰ ਹੋ ਜਾਂਦੇ ਹਨ ਪਰ ਪਰਿਵਾਰ ਵੱਲੋਂ ਹੌਸਲਾ ਨਹੀਂ ਹਾਰਿਆ ਜਾਂਦਾ ਤੇ ਉਸ ਧੀ ਦਾ ਇਲਾਜ ਕਰਵਾਉਣ ਦੇ ਲਈ ਉਸ ਨੂੰ ਵਕ ਵਕ ਹਸਪਤਾਲਾ ਦੇ ਵਿੱਚ ਲਿਜਾਇਆ ਜਾਂਦਾ ਹੈ ਦੱਸਦੀ ਹੈ ਕਿ ਜੋ ਪਰਿਵਾਰ ਦੇ ਹਾਲਾਤ ਸੀ ਉਹ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਸਨ ਕਿ ਉਹਨਾਂ ਦੇ ਘਰ ਦੇ ਵਿੱਚ ਕਿਸੇ ਸਮੇਂ ਤਾਂ ਦੋ ਸਮੇਂ ਦੀ ਰੋਟੀ ਵੀ ਨਹੀਂ ਸੀ ਹੁੰਦੀ ਇਨਾਂ ਵੱਲੋਂ ਸਹਿਯੋਗੀ ਸੱਜਣਾ ਕੋਲੋਂ ਅਪੀਲ ਕੀਤੀ ਗਈ ਲੋਕਾਂ ਨੇ ਵਾਅ ਚੜ ਕੇ ਇਹਨਾਂ ਦੀ ਮਦਦ ਕੀਤੀ ਪਰ ਉਸ ਧੀ ਦੀ ਜੋ ਲੱਤ ਸੀ ਉਹ ਡਾਕਟਰਾਂ ਵੱਲੋਂ ਕਿਹਾ ਗਿਆ ਕਿ ਉਸ ਨੂੰ ਵੜਨਾ ਪਏਗਾ ਤਾਂ ਹੀ ਇਸ ਲੜਕੀ ਦੀ ਜਾਨ ਬਚ ਸਕਦੀ ਹੈ ਸੋ ਲੰਬੀ ਗੱਲਬਾਤ ਕਰਦੇ ਹਾਂ ਉਸ ਧੀ ਦੇ ਪਿਤਾ ਨਾਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਹਰਦੀਪ ਸਿੰਘ ਮੇਰਾ ਨਾਮ ਸਰ ਅ ਹਰਦੀਪ ਸਿੰਘ ਜੀ ਕੀ ਧੀ ਨੂੰ ਹੋਇਆ ਕਿ ਸ਼ੁਰੂਆਤ ਕਿਸ ਤਰ੍ਹਾਂ ਹੋਈ ਜਿਸ ਤਰ੍ਹਾਂ ਇੱਕ ਏਡੀ ਭਿਆਨਕ ਬਿਮਾਰੀ ਲੱਗੀ ਸਰ ਉਸ ਟਾਈਮ ਨਾ ਕਰੋਨਾ ਦਾ ਦੌਰ ਜਿਤਨਾ ਖਤਮ ਹੋਇਆ ਸੀ ਤੇ ਉਸ ਟਾਈਮ 에 ਸਕੂਲ ਚ ਜਾਂਦੀ ਹੁੰਦੀ ਸੀ ਤੇ ਸਕੂਲ ਦਾ ਨਾ ਰੋਡ ਜਿਹੜਾ ਕਾਫੀ ਖਰਾਬ ਹੀ ਉੱਤੇ ਪੱਥਰ ਪਿਆ ਹੋਇਆ ਹੈ ਤੇ ਅਚਾਨਕ ਜਿਤਨਾ ਸਵੇਰ ਕੀ ਬੱਚੇ ਡਿੱਗ ਪੈਂਦੇ ਤੇ ਡਿੱਗਣ ਤੋਂ ਹੀ ਬੱਸ ਜਿਹੜਾ ਨੁਕਸ ਜਿਹੜਾ ਸ਼ੁਰੂ ਹੋਇਆ ਉਸ ਟਾਈਮ ਤੇ ਕੋਈ ਮਹਿਸੂਸ ਨਹੀਂ ਹੋਇਆ ਪਰ ਲੇਕਨ ਅਸੀਂ ਇਲਾਜ ਸੈਸੇ ਕਰਾਉਂਦੇ ਗਏ ਜਿਤਨਾ ਵੀ ਆਮ ਡਾਕਟਰਾਂ ਕੋਲ ਹੁੰਦਾ ਪੀ ਮਾਸ ਪਾਟਾ ਜਾਂ ਇਹਦਾ ਕੋਈ ਆ ਪ੍ਰੋਬਲਮ ਹੈ ਪਰ ਉਹ ਸੈਸਾ ਜਿਹੜਾ ਜਿਹੜਾ ਨੁਕਸੇ ਅੱਜ ਹੋਰ ਮਹੀਨੇ ਦੋਹਾਂ ਤੱਕ ਹੋਰ ਵਧਾ ਗਿਆ ਪਰ ਜ਼ਖਮ ਨਹੀਂ ਹੋਇਆ ਪਰ ਅੰਦਰੂਨੀ ਮਾਸ ਜਿਹੜਾ ਸੁੱਜਣਾ ਸ਼ੁਰੂ ਹੋ ਗਿਆ ਫਿਰ ਅਸੀਂ ਇਹਨੂੰ ਸੈਸਾ ਜਿਹੇ ਜਿਤਨਾ ਵੀ ਹਾਨੂੰ ਲੋਕਾਂ ਨੇ ਦੱਸ ਪਾਈ ਵੀ ਹੱਡੀਆਂ ਵਾਲੇ ਕੋ ਜਾਓ ਇਹਦੇ ਕੋ ਡਾਕਟਰ ਕੋ ਜਾਓ ਫਿਰ ਇਥੇ ਇੱਕ ਜਨਾਲੇ ਡਾਕਟਰ ਹੀ ਉਹਨਾਂ ਕੋ ਅਸੀਂ ਗਏ ਹਾਂ ਵਰਦੀ ਫਿਰ ਉਹਨਾਂ ਨੇ ਸਾਨੂੰ ਇਹਦਾ ਕੋਈ ਟੈਸਟ ਕੀਤੇ ਤੇ ਉਹਨਾਂ ਨੇ ਵੇਖ ਕੇ ਸੋਚ ਕੇ ਦੱਸਿਆ ਵੀ ਇਹ ਜਿਹੜਾ ਕੋਈ ਬਿਮਾਰੀ ਦਾ ਰੂਪ ਆ ਤੇ ਇਹ ਤੁਹਾਨੂੰ ਇਥੋਂ ਨਹੀਂ ਇਲਾਜ ਹੋਣਾ ਇਹਦਾ ਇਹਨੂੰ ਤੁਸੀਂ ਅੰਮ੍ਰਿਤਸਰ ਲੈ ਜਾਓ ਉਸ ਟਾਈਮ ਫਿਰ ਜਿੱਤਰਾ ਜਿੱਤਰਾ ਸਾਨੂੰ ਕੋਈ ਦੱਸੀ ਗਈ ਸੀ ਤਰੀਕੇ ਆ ਗਾੜੀ ਫਿਰ ਆਪਾਂ ਨੂੰ ਇਹਦੇ ਟੈਸਟ ਜਿਹੜੇ ਉਹ ਫਿਰ ਕਰੋਨੇ ਸ਼ੁਰੂ ਕੀਤੇ ਪਰ ਉਹਨਾਂ ਚ ਵੀ ਇਹ ਮਹੀਨਾ ਡੇਢ ਲੰਘ ਜਾਂਦਾ ਕਿਉਂ ਟੈਸਟ ਹੁੰਦਾ ਹੈ ਇੱਥੇ ਪੰਜਾਬ ਚ ਇੱਕ ਬਾਰੋਂ ਮੰਗਾਉਣਾ ਪੈਂਦਾ ਇਹਨਾਂ ਨੂੰ ਪੂਨੇ ਤੋਂ ਬਣੀ ਹੁੰਦਾ ਉਹ ਇੱਕ ਟੈਸਟ ਚ ਨਹੀਂ ਕਿ ਬਿਮਾਰੀ ਪਾਈ ਗਈ ਤੇ ਪਰ ਦੂਸਰੇ ਚ ਫੇਰ ਪਰ ਸਾਨੂੰ ਪੈਸੇ ਦੀ ਪ੍ਰੋਬਲਮ ਫੇਰ ਖੜੀ ਹੋ ਜਾਂਦੀ ਸੀ ਉੱਥੇ ਅੰਬਰਸਰ ਫਿਰ ਜਾਣ ਤੋਂ ਬਾਅਦ ਆਪਾਂ ਨੂੰ ਇਹਦੇ ਜਿੱਤਰਾ ਟੈਸਟ ਆ ਫਿਰ ਟੈਸਟ ਜਿਹੜੇ ਵੀ ਮਤਲਬ 10.5 ਹਜ਼ਾਰ ਇਤਨਾ ਟੈਸਟ ਹੁੰਦੇ ਰ ਐਮ ਆਰ ਆਈ ਸੀ ਡੀ ਸਕੈਨ ਇਹੋ ਦੀਆਂ ਕਰਾਉਣੀਆਂ ਅਲੱਗ-ਅਲੱਗ ਸਾਡੇ ਕੋਲ ਫਿਰ ਐਮ ਆਰ ਸੀ ਡੀ ਸਕੈਨ ਤੱਕ ਵੀ ਕਈ ਵਾਰੀ ਪਹਾਰ ਨਹੀਂ ਹੁੰਦਾ ਫਿਰ ਅਸੀਂ ਕਈ ਵੀਰ ਭਰਾਵਾਂ ਨੂੰ ਇਤਰਾ ਰਿਕੁਐਸਟ ਕੀਤੀ ਤੇ ਜੋ ਆਪਦੇ ਜਿਗਦੇ ਆ ਤੁਸੀਂ ਇੱਕ ਡਾਇਰੈਕਟਰ ਤੁਸੀਂ ਕੰਮ ਕੀ ਕਰਦੇ ਦਿਹਾੜੀ ਮਜ਼ਦੂਰੀ ਅੱਛਾ ਹਾਂਜੀ ਮੈਂ ਉਹ ਮਿਹਨਤ ਮਜ਼ਦੂਰੀ ਕਰਕੇ ਆਥੜੀ ਵੀ ਕੀਤੀ ਕਾਫੀ ਸਮਾਂ ਅਰ ਬਾਅਦ ਆਪਾਂ ਮਿਹਨਤ ਕਰਦੇ ਹਾਂ ਤੇ ਚਲੋ ਖੇਤੀਬਾੜੀ ਦਾ ਇਤਰਾ ਵੀ ਨਾਲ ਚੱਲੀ ਜਾਂਦਾ ਹੈ ਕੰਮ ਤੇ ਫਿਰ ਡਾਕਟਰ ਸਾਹਿਬ ਹੁਣਾਂ ਦਾ ਤਰਲਾ ਕੀਤਾ ਕਿਹਾ ਤਾਂ ਫਿਰ ਉਹਨਾਂ ਨੇ ਅਡੇ ਐਮ ਆਰ ਆਈ ਕਰਾ ਕੇ ਦਿੱਤੀਆਂ ਹਰਿਆਂ ਨੂੰ ਫਿਰ ਬਾਅਦ ਇਹਦਾ ਪਾਲਕ ਹੈ ਕਿ ਹਨੂ ਕੈਂਸਰ ਬਿਮਾਰੀ ਇਹਦੇ ਵਿੱਚ ਅੱਛਾ ਫਿਰ ਉਸ ਤੋਂ ਬਾਅਦ ਫਿਰ ਕੈਂਸਰ ਦਾ ਇਲਾਜ ਸ਼ੁਰੂ ਹੋਇਆ ਇਹਦਾ ਜੀ ਸਰ ਤੇ ਉਸ ਤੋਂ ਬਾਅਦ ਫਿਰ ਜੋ ਵੀ ਆ ਫਿਰ ਤਾਂ ਉਹਨਾਂ ਨੂੰ ਪਤਾ ਕੀਮੋ ਜਾਂ ਹੋਰ ਜੋ ਵੀ ਇਹਦੇ ਡਾਕਟਰ ਮਤਲਬ ਉੱਚੀਆਂ ਚੀਜ਼ਾਂ ਚਲਣੀਆਂ ਪੈਂਦੀਆਂ ਸੀ ਪਰ ਉਸ ਟਾਈਮ ਸਾਡੇ ਹੋ ਗਿਆ ਕਿ ਦਿਹਾੜੀ ਲਾਉਣੀ ਔਕੀ ਹੀ ਤੇ ਜਿਹੜੇ ਇੱਕ ਹੁੰਦੀ ਹੈ ਥੈਰੇਪੀ ਲੱਗਦੀ ਉਹ 32 ਕਿ 36 ਲੱਗਣੀ ਹੁੰਦੀ ਡੇਲੀ ਵੇਜ ਜਾਣਾ ਹੁੰਦਾ ਭਾਵੇਂ ਪੰਜ ਫਿਰ ਇੰਨੇ ਪੈਸੇ ਦਾ ਅਰੇਂਜਮੈਂਟ ਕਿਸ ਤਰ੍ਹਾਂ ਕੀਤਾ ਉਸ ਟਾਈਮ ਵੀ ਬਾਅਦ ਮੇਰੇ ਸਾਹਮਣੇ ਇੱਥੇ ਕਿ ਜੇ ਲਗਭਗ ਜੇ ਆਪਾਂ ਆਣ ਕੇ ਨਾ ਫਿਰ ਕੋਈ ਮੀਡੀਆ ਦਾ ਵੀ ਜਿ ਤਰ੍ਹਾਂ ਨੂੰ ਕਈ ਭੈਣ ਭਰਾਵਾਂ ਨੇ ਕਿਹਾ ਕੋਈ ਸਹਾਰਾ ਲੈਣ ਵਾਲੋ ਫਿਰ ਇੱਥੇ ਜਨਾਲੇ ਤੇ ਹੀ ਇੱਕ ਕੀ ਨਾ ਭਾਜੀ ਗੁਰਪ੍ਰੀਤਣੀ ਸੀ ਕਿ ਉਹਨਾਂ ਬਾਰੇ ਸਾਨੂੰ ਕੋਈ ਗੱਲ ਦੱਸੀ ਵੀ ਇਹ ਵੀ ਇਸ ਤਰ੍ਹਾਂ ਇਸ ਤਰ੍ਹਾਂ ਹੈਲਪ ਕਰਦੇ ਆ ਫਿਰ ਉਹਨਾਂ ਨੇ ਸਾਡੇ ਕੋਲ ਆਏ ਫਿਰ ਉਹਨਾਂ ਤੋਂ ਬਾਅਦ ਇਸ ਤਰ੍ਹਾਂ ਭੈਣ ਭਰਾਵਾਂ ਹੋਰ ਵੀ ਸੰਯੋਗ ਮਤਲਬ ਮੀਡੀਆ ਦਾ ਜਿਹੜਾ ਬਣਿਆ ਸਾਡਾ ਫਿਰ ਇਸ ਤਰ੍ਹਾਂ ਕਈ ਭੈਣ ਭਰਾਵਾਂ ਨੇ ਗੱਲ ਬਾਤੋਂ ਫਿਰ ਮਦਦ ਜਿਹੜੀ ਸਾਨੂੰ ਭੇਜਣੀ ਸ਼ੁਰੂ ਕਰਤੀ ਕੋ ਜੋ ਰਾਸ਼ਨ ਪਾਣੀ ਵੀ ਇਤਨਾ ਦੇਣਾ ਦੋ ਦੋ ਤਿੰਨ ਤਿੰਨ ਮਹੀਨਿਆਂ ਲੈ ਚਲਵਾਉਂ ਦਿੰਦੇ ਰਿਹਾ ਕਿ ਸਾਡੇ ਕੋ ਨਈ ਦਿਹਾੜੀ ਨਹੀਂ ਲੱਗਦੀ ਉਸ ਟਾਈਮ ਤੇ ਬਹੁਤ ਔਖਾ ਹੋ ਜਾਂਦਾ ਸੀਾਨੂੰ ਵੀ ਖਰਚਾ ਪਾਣੀ ਵੀ ਨਹੀਂ ਰਹਿ ਗਿਆ ਸਾਡੇ ਕੋਲ ਕੋਈ ਇੰਨੇ ਹਾਲਾਤ ਖਰਾਬ ਸੀ ਕੋਈ ਦਿਹਾੜੀ ਵੀ ਨਹੀਂ ਲੱਗਦੀ ਇੰਨਾ ਕਿ ਅਸੀਂ ਮੇਰੇ ਤਾਂ ਕਾਫੀ ਸਮਾਂ ਤੱਕ ਜਿਹੜਾ ਵੀ ਸ਼ੁਰੂਆਤ ਦੇ ਵਿੱਚ ਕਿਹੜੇ ਹਸਪੀਟਲ ਲੈ ਗਏ ਸੀ ਬੇਟੀ ਨੂੰ ਜਦੋਂ ਚੈੱਕ ਕਰਾਏ ਉਸ ਟਾਈਮ ਇੱਥੇ ਜਨਾਲੇ ਵਰਦੀ ਚ ਉਸ ਤੋਂ ਬਾਅਦ ਉਸ ਤੋਂ ਬਾਅਦ ਫਿਰਾਨੂੰ ਗੁਰੂ ਰਾਮਦਾਸ ਹੀ ਚੱਲਣਾ ਪਿਆ ਗੁਰੂ ਰਾਮਦਾਸ ਤੋਂ ਬਾਅਦ ਫਿਰ ਉਹ ਕਹਿੰਦੇ ਸੀ ਲੱਤ ਕੱਟਣ ਨੂੰ ਪਰ ਅਸੀਂ ਕਟਾਉਣੀ ਨਹੀਂ ਚਾਹੁੰਦੇ ਚਲੋ ਵੀ ਬੇਟੀ ਦੀ ਲਾਈਫ ਟਾਈਮ ਪਿਆ। ਫਿਰ ਡਾਕਟਰਾਂ ਨੇ ਕਿਹਾ ਕਿ ਜੇ ਆਹ ਨੂੰ ਪੀਜੀਆਈ ਲੈ ਜਾਇਆ ਜਾਏ ਤਾਂ ਕਿਉਂਕਿ ਉਹ ਹੋ ਸਕਦਾ ਹੈ ਕਿ ਉਹ ਕੁਝ ਪੀਸ ਉਥੋਂ ਜਿੰਨਾ ਖਰਾਬ ਹੈ ਕੱਟ ਕੇ ਤੇ ਮਦਰ ਨਵਾਂ ਪਾ ਦੇਣ। ਪਰ ਉਹ ਡਾਕਟਰਾਂ ਨੇ ਉਹ ਪੀਜੀਆਈ ਵਾਲਿਆਂ ਨੇ ਸਾਡੀ ਕੋਈ ਸਮਝ ਨਹੀਂ ਆਈ ਉਹਨਾਂ ਨੇ ਆਪਣੇ ਹਿਸਾਬ ਨਾਲ ਮਦਰ ਕੀ ਕੀਤਾ ਕਿ ਇਹਦਾ ਗੋਡੇ ਤੋਂ ਲੱਤ ਜਿਹੜੀ ਆ ਚੂਲੇ ਤੱਕ ਹੱਡੀ ਕੱਢਦੀ ਸਾਰੀ। ਕੱਢ ਕੇ ਉਹਨਾਂ ਨੇ ਆਪਣਾ ਕੋਈ ਬੋਟ ਮੀਨਾ ਕੀ ਇਹਨੂੰ ਕਹਿੰਦੇ ਮਦਰ ਕਿ ਉਹਨਾਂ ਨੇ ਉਹ ਜਿਵੇਂ ਸਵਿਫਟ ਕਰਤਾ ਉਹਦੇ ਸਾਰਾ। ਪਰ ਉਹ ਕੋਈ 4-5 ਮਹੀਨੇ ਬਾਅਦ ਸਭ ਖਤਮ ਹੋ ਜਾਂਦਾ ਮਤਲਬ ਪਾੜ ਜਾਂਦਾ ਗਾਲਾਂ ਪੈ ਜਾਂਦਾ ਬਹੁਤ ਹਾਲਾਤ ਖਰਾਬ ਹੋ ਗਏ ਕੀੜੇ ਕਾਫੀ ਕੁਝ ਰਿਆ ਪੱਟੀਆਂ ਵੀ ਨਹੀਂ ਹੁੰਦੀਆਂ ਇੰਟਰਕਟਰ ਕਰਦੇ ਫਿਰ ਆਪਾਂ ਉਥੇ ਵੀ ਕਿਉਂਕਿ ਇੱਕ ਆਪਣੇ ਸ਼ਹਿਰ ਤੋਂ ਬਾਹਰ ਹੀ ਫਿਰ ਤੁਹਾਨੂੰ ਪਤਾ ਹੀ ਰੋਟੀ ਪਾਣੀ ਹਰ ਇੱਕ ਚੀਜ਼ ਫਿਰ ਜਾਂ ਕੋਈ ਲੰਗਰ ਰੁੰਗਰ ਹੁੰਦੇ ਇਸ ਤਰ੍ਹਾਂ ਉੱਥੋਂ ਆਉਣਾ ਜਾਣਾ ਫਿਰ ਬੱਚਿਆਂ ਦਾ ਪਰਿਵਾਰ ਨਾਲ ਹੀ ਫਿਰ ਬਹੁਤ ਔਖਾ ਹੀ ਉੱਥੇ ਰਹਿਣਾ ਸਹਿਣਾ ਫਿਰ ਕਈ ਚੀਜ਼ਾਂ ਕਿ ਜਿਹੜੀ ਦਵਾਈ ਮੈਡੀਸਿਨ ਵੀ ਲਿਓਣੀ ਕਈ ਵਾਰੀ ਜਿ ਤਰ੍ਹਾਂ ਆਪਣਾ ਵੀਡੀਓ ਤੇ ਜਿ ਤਰ੍ਹਾਂ ਭੈਣ ਭਰਾ ਕਈਆਂ ਨੇ ਕੋਈ ਦੱਸਿਆ ਹੁੰਦਾ ਹੈ ਕੋਈ ਨਾ ਕੋਈ ਗੱਲ ਹੋ ਤੇ ਦੱਸ ਦਿਓ ਫਿਰ ਆਪਾਂ ਉਹਨਾਂ ਨੂੰ ਫੋਨ ਲਾਉਣਾ ਜਾਂ মিডিਆ ਵਾਲਿਆਂ ਨੂੰ ਲਾਉਣਾ ਫਿਰ ਕੋਈ ਨਾ ਕੋਈ ਭੈਣ ਭਰਾ ਕਿਸੇ ਨਾ ਕਿਸੇ ਤਰੀਕੇ ਨਾਲ ਸਾਡਾ ਰੱਬ ਦਾ ਰੂਪ ਸਮਝ ਲਓ ਵੀ ਉਹ ਹਾਜ਼ਰ ਹੋ ਜਾਂਦਾ ਹੈ ਕੋਈ ਨਾ ਕੋਈ ਮੈਡੀਸਿਨ ਪਰਿਵਾਰ ਅਮਰਤਾਰੀ ਸੀ ਹਾਂਜੀ ਪਰਿਵਾਰ ਅਮਰਤਾਰੀ ਸੋ ਬੇਟੀ ਅਮਰਤਾਰੀ ਹੀ ਮੰਮੀ ਇਹਨਾਂ ਦੀ ਵੀ ਹਾਂਜੀ ਆ ਫਿਰ ਜਦੋਂ ਤੁਹਾਨੂੰ ਪਤਾ ਲੱਗਦਾ ਹੈ ਕਿ ਬੇਟੀ ਨੂੰ ਕੈਂਸਰ ਹੈ ਤੁਸੀਂ ਉਹਨੂੰ ਗੁਰੂ ਰਾਮਦਾਸ ਲੈ ਕੇ ਜਾਂਦੇ ਹੋ ਉਸ ਤੋਂ ਬਾਅਦ ਪੀਜੀਆ ਲੈ ਕੇ ਜਾਂਦੇ ਹੋ ਪਰ ਲੱਤ ਫੇਰ ਵੀ ਨਹੀਂ ਵੱਸ ਸਕੀ ਬੇਟੀ ਦੀ ਨਹੀਂ ਸਰ ਕਿਉਂਕਿ ਇੱਥੇ ਮੈਂ ਸਾਲਕ ਮੇਰੇ ਸਾਹ ਨਾਲ ਇਲਾਜ ਕਰਾਇਆ ਇੱਥੇ ਲਗਭਗ ਆਪਣਾ ਗੁਰੂ ਰਾਮਦਾਸ ਉਹਨਾਂ ਲਈ ਕਿਉਂ ਥੈਰੇਪੀ ਆੜੀ ਹੁੰਦੀਆਂ ਚੀਜ਼ਾਂ ਇਹ ਸਾਰੀਆਂ ਕੀਮੋਕੂਮੋ ਇੱਥੇ ਲਵਾਈਆਂ ਮੈਂ ਸਾਰੀਆਂ ਕੁਝ ਕਰਾਇਆ ਪਰ ਇਹਨਾਂ ਦਾ ਫੇਰ ਵੀ ਕਹਿਣਾ ਕਿ ਉਹ ਹੱਡੀ ਦੇ ਲੱਗ ਗਿਆ ਤੇ ਮਤਲਬ ਇਹ ਉੱਪਰ ਨੂੰ ਜਾਊਗਾ ਇਹਦਾ ਕੋਈ ਹੱਲ ਨਹੀਂ ਲੱਤ ਵੱਢਣੀ ਪੈਣੀ ਤੇ ਅਸੀਂ ਵਢਾਉਣ ਦੇ ਚੱਕਰ ਜੇ ਤਾਂ ਫਿਰ ਉਹ ਕਹਿੰਦੇ ਹੋਈ ਜਾਂਦੇ ਹੋਈ ਚੰਡੀਗੜ੍ਹ ਇੱਕ ਵਾਰੀ ਚੈੱਕ ਕਰਾ ਲਓ ਪਰ ਚੰਡੀਗੜ੍ਹ ਵਾਲਿਆਂ ਫਿਰ ਵਸ ਤੁਹਾਨੂੰ ਦੱਸਿਆ ਵੀ ਉਹਨਾਂ ਨੇ ਫਿਰ ਉਹ ਸਾਰੀ ਹੱਡੀ ਕੱਢਦੀ ਹੱਡੀ ਕੱਟਣ ਤੋਂ ਬਾਅਦ ਉਹਨਾਂ ਜਿਹੜੇ ਕੈਂਸਰ ਵਾਲਾ ਥਾਂ ਹੀ ਉਹ ਵੀ ਸਾਫ਼ ਕਰਤਾ ਪਰ ਇਹਨੂੰ ਮੀਟ ਆਂਡਾ ਜਿਦਾਂ ਇਹੋ ਜਿਹੀਆਂ ਚੀਜ਼ਾਂ ਦੀ ਜ਼ਿਆਦਾ ਉਹ ਚਾਹੀਦਾ ਸੀ ਕਿਉਂਕਿ ਜਖਮ ਵੱਡਾ ਸੀ ਕਿਉਂਕਿ ਚੂੜੇ ਤੋਂ ਲੈ ਕੇ ਕਾਫੀ ਟੰਕੇ ਸੀ ਤੇ ਇਹ ਜਿਹੜੇ ਫਿਰ ਇਹ ਖਾਂਦੀ ਨਹੀਂ ਇਹ ਚੀਜ਼ਾਂ ਤੋਂ ਬਹੁਤ ਜ਼ਿਆਦਾ ਨੂੰ ਪ੍ਰੋਬਲਮ ਸੀ ਤੇ ਚਲੋ ਬਾਕੀ ਤੇ ਫਿਰ ਇਹਨੂੰ ਕਿਹਾ ਹੀ ਦਾ ਇਹ ਵੀ ਬੇਟੇ ਖਾਲਾ ਉਤਰਾ ਮਰਨ ਕਿਉਂ ਵੀ 22 ਦੇਣਾ ਰੋਟੀ ਵੀ ਛੱਡ ਜਾਂਦੀ ਰਹੀ ਵਿੱਚੋਂ ਇਹੋ ਜਿਹੇ ਹਾਲਾਤ ਰਹਿ ਜਾਂਦੇ ਪਾਣੀ ਦਾ ਘੋਟੀ ਪੀਣਾ ਨੇ ਡਾਕਟਰਾਂ ਨਾਲੋਂ ਬਸ ਸਾਨੂੰ ਇਹੋ ਕਿਹਾ ਜਾਂਦਾ ਜੀ ਇਹ ਤੁਹਾਨੂੰ ਤੁਹਾਨੂੰ ਪ੍ਰੈਸ਼ਰ ਦੇਣਾ ਪੈਣਾ ਮਰੀਜ਼ ਨੂੰ ਵੀ ਕਹੋ ਖਾਏ ਇਹ ਚੀਜ਼ ਫੇਰੀ ਇਹ ਮਤਲਬ ਬੱਚੇ ਕੀ ਨਹੀਂ ਤੇ ਨਹੀਂ ਬੱਚੇ ਉਸ ਟਾਈਮ ਫਿਰ ਸਾਨੂੰ ਫਿਰ ਇਹਨੂੰ ਫਿਰ ਮਜਬੂਰ ਖੋਣਾ ਪਿਆ ਇਹ ਚੀਜ਼ਾਂ ਫਿਰ ਕਹਣਾ ਵੀ ਥੋੜਾ ਕਾਲਾ ਬੇਟੇ ਚਲੋ ਕੋਈ ਨਹੀਂ ਜ਼ਿੰਦਗੀ ਆ ਤਾਂ ਠੀਕ ਹੈ ਚਲੋ ਜੇ ਮਹਾਰਾਜ ਨੂੰ ਜੋ ਵੀ ਹੋਊਗਾ ਮਨਜ਼ੂਰ ਹੈ ਪਰ ਫਿਰ ਚਲੋ ਸਾਇਸ ਸਾਇ ਜੇ ਫਿਰ ਅਸੀਂ ਵਾਪਸ ਆ ਗਏ ਪਈ ਸਾਨੂੰ ਕੋਈ ਸਾਡੇ ਕੋ ਪੈਸੇ ਨਹੀਂ ਰਹਿ ਗਏ ਹਾਲਾਤ ਬਹੁਤ ਖਰਾਬ ਹੀ ਫਿਰ ਪੀਜੀਐਜ ਦੇ ਵਿੱਚ ਸਾਡੇ ਤੇ ਕਿਉਂਕਿ ਪਰਿਵਾਰ ਹੀ ਇੱਕ ਸੌਣਾ ਬੈਣਾ ਉੱਥੇ ਤਾਂ ਹਰ ਇੱਕ ਚੀਜ਼ ਸਾਨੂੰ ਬਹੁਤ ਜ਼ਿਆਦਾ ਮੁਸ਼ਕਲ ਹੋ ਗਈ ਹੈ ਉਹਦੇ ਵਿੱਚ ਕਿਉਂਕਿ ਸੌਣ ਜਾਗਣਾ ਪੈਂਦਾ ਸੌਣ ਨਹੀਂ ਦਿੱਤੇ ਹਸਪੀਟਲ ਚ ਫੇਰ ਅਸੀਂ ਵਾਪਸ ਅਸੀਂ ਰਾਤ ਜਾਗਦੇ ਰਹਿੰਦੇ ਸੀ ਤੁਸੀਂ ਹਾਂ ਇਸ ਤਰ੍ਹਾਂ ਪੈਰਾਪਾਰਥਾ ਦੀ ਕੀ ਉਹਨੂੰ ਕਹਿ ਦਿੰਦੇ ਆਪਾਂ ਜਿਹੜਾ ਇੱਕ ਮਰੀਜ਼ ਨੂੰ ਰੇੜਕੇ ਖੜੀਦੀ ਟਰਾਲੀ ਟਰਾਲੀ ਦੇ ਉੱਪਰ ਮਰੀਜ਼ ਰਹੇਗਾ ਉਹਦੇ ਥੱਲੇ ਤੁਸੀਂ ਗੱਤਾ-ਕੁੱਤਾ ਲਾ ਕੇ ਆਪਣਾ ਜੋ ਬੈਕ ਉਹਦੇ ਲਾਗੇ ਬੈਣਾ ਜੇ ਬਾਹਰ ਆਗੇ ਤੇ ਬਾਹਰ ਵੱਤ-ਵੱਤ ਪਾਰਕ ਚ ਤੁਸੀਂ ਬੈਹ ਸਕਦੇ ਹੋਰ ਕੋਈ ਰਸਤਾ ਨਹੀਂ ਤੁਹਾਡਾ ਜਨਾਤ ਹੀ ਉਹਦੇ ਲਾਗੇ ਲੰਮੇ ਪੈ ਸਕਦੇ ਹੋ ਕਿ ਸਿਕਿਉਰਿਟੀ ਵਾਲੇ ਬਾਰ-ਬਾਰ ਠਾਲ ਦਿੰਦੇ ਵੀ ਉੱਠ ਜਿਓ ਜਾਂ ਬਾਹਰ ਚਲ ਫਿਰ ਇਹ ਕਰਕੇ ਉਹ ਤੇ ਬੰਦਾ ਨਾ ਸੌਣ ਵਾਲਿਆਂ ਚ ਨਾ ਜਾਗਦੇ ਬੈਠੇ ਬੈਠੇ ਜਿਹੜਾ ਸੌਣਿਆ ਸੌਣਿਆ ਹੋਰ ਕੋਈ ਰਸਤਾ ਨਹੀਂ ਹੁੰਦਾ ਤਾਂ ਫਿਰ ਉਸ ਤੋਂ ਬਾਅਦ ਜਿਹੜੋ ਲੜਕੀ ਦੀ ਲਤ ਕੱਟਣ ਬਾਰੇ ਉਹ ਕਹਿੰਦੇ ਨੇ ਡਾਕਟਰ ਤਾਂ ਫਿਰ ਤੁਸੀਂ ਇਹ ਫੈਸਲਾ ਕਿਸ ਤਰ੍ਹਾਂ ਲਿਆ ਤਾਂ ਬੇਟੀ ਨੇ ਕੀ ਕੀਤਾ ਜਿਹੜੋ ਡਾਕਟਰਾਂ ਨੇ ਲਤ ਕੱਟਣ ਦੀ ਗੱਲ ਕੀਤੀ ਇਹ ਬਿਲਕੁਲ ਨਹੀਂ ਕਟਾਉਣਾ ਚਾਹੁੰਦੀ ਇਹ ਤਾਂ ਸਾਡੇ ਨਾਲ ਬਸ ਬਾਰ-ਬਾਰ ਇਹੋ ਹੀ ਪ੍ਰੈਸ਼ਰ ਹੈ ਵੀ ਮੈਨੂੰ ਮੈਂ ਲਤ ਨਹੀਂ ਕਟਾਉਣੀ ਮੌਤ ਆਉਂਦੀ ਰਾਜ ਜਾਂ ਟੀਕਾ ਲਵਾ ਦੋ ਪਰ ਅਹੀਂ ਕਾਫੀ ਦਿਨ ਰੋਣ ਤੇ ਤੇ ਬਾਅਦ ਆਪਣੇ ਆਪ ਤੇ ਵੀ ਜਿਤਨਾ ਵੀ ਮਤਲਬ ਕਾਫੀ ਟੁੱਟ ਚੁੱਕੇ ਹਾਂ ਉਸ ਟਾਈਮ ਵਾਪਸੀ ਫਿਰ ਆਡੂ ਆਉਣ ਚ ਅਹੀਂ ਫਾਇਦਾ ਸੋਚਿਆ ਵੀ ਆਪਣੇ ਘਰ ਚਲ ਜੀਏ ਜੋ ਹੋਊਗਾ ਵੇਖੇ ਜੋ ਫਿਰ ਅਹੀਂ ਇਥੇ ਆਣ ਕੇ ਘਰ ਵੀ ਜਿੱਥੇ ਜਿਨ੍ਹਾਂ ਦੇ ਘਰ ਚ ਰਹਿਣ ਰਹੇ ਹਾਂ ਦੇ ਇਥੇ ਆਣ ਕੇ ਦੀ ਸੇਵਾ ਸੁਭਾ ਕਰਦੇ ਰਹੇ ਵੀ ਸ਼ਾਇਦ ਹੀ ਆ ਕਿਉਂਕਿ ਲੱਕ ਵੀ ਗਲ ਚੁੱਕਾ ਹੈ ਫਿਰ ਇੱਕ ਟੈਸਟ ਹੁੰਦਾ ਜਿਹੜਾ 24000 ਦਾ ਮਤਲਬ ਹੁੰਦਾ ਵੀ ਜਿਹਦੇ ਚ ਪਤਾ ਲੱਗ ਸਕਦਾ ਵੀ ਬੱਚਾ ਬਚ ਸਕਦਾ ਹੈ ਕਿ ਨਹੀਂ ਬਚ ਸਕਦਾ ਕਿ ਉਹਦੇ ਚ ਗੁਰਦੇ ਫੇਫੜੇ ਡਾਕਟਰਾਂ ਦਾ ਲਾਸਟ ਇਹ ਕਹਿਣਾ ਹੈ ਵੀ ਜੇ ਬਚੇ ਹੋਏ ਯੂਨੀਫੈਕਸ਼ਨ ਫੈਲ ਚੁੱਕੀ ਹੈ ਬਹੁਤ ਜ਼ਿਆਦਾ ਬਾਡੀ ਚ ਫਿਰ ਅਹੀਂ ਉਹ 24000 ਦਾ ਟੈਸਟ ਜਿਹੜਾ ਸੀ ਉਹ ਕਰਵਾਇਆ ਉਹ ਇੱਥੇ ਦੋ ਤਿੰਨ ਸ਼ਹਿਰਾਂ ਚ ਹੁੰਦਾ ਬਠਿੰਡੇ ਜਾਂ ਚੰਡੀਗੜ੍ਹ ਜਾਂ ਇੱਥੇ ਅੰਮ੍ਰਿਤਸਰ ਫਿਰ ਉਹ ਟੈਸਟ ਕਰਾਉਣ ਤੋਂ ਬਾਅਦ ਹੀ ਆਪਰੇਸ਼ਨ ਤੇ ਡਾਕਟਰ ਪਹੁੰਚਦੇ ਆ ਤੇ ਉਸ ਟਾਈਮ ਫਿਰ ਬਾਅਦ ਚ ਅਹੀਂ ਲੱਤ ਵਡਾਉਣ ਤੇ ਖੀਰ ਇਹਨੂੰ ਬਹੁਤ ਜ਼ੋਰ ਲਾਇਆ ਪਰ ਇਹ ਮੰਨਦੀ ਨਹੀਂ ਕਿਉਂਕਿ ਜਿਹੜੀ ਵੀਡੀਓ ਤੁਹਾਨੂੰ ਵਿਖਾਈਆਂ ਹੋਣੀਆਂ ਵੀ ਕਿੰਨੇ ਹਾਲਾਤ ਉਸ ਟਾਈਮ ਲੱਤ ਦੀ ਕੰਡੀਸ਼ਨ ਹੈ ਤੇ ਮਤਲਬ ਇਹਦੇ ਅੱਗੇ ਮਰ ਮੌਤ ਨੂੰ ਜਿਆਦਾ ਸਮਝਦੀ ਵੀ ਮੈਂ ਨਾ ਗਰੀਬੀ ਆ ਮਾਂ ਪਿਓ ਮੇਰੇ ਕਿਤੇ ਤੁਰੇ ਫਿਰਨਗੇ ਪਰ ਅਸੀਂ ਸੋਚਦੇ ਹਾਂ ਚਲੋ ਬੱਚੇ ਦਾ ਪਿਖਿਆ ਤੇ ਜਿੰਨਾ ਵੀ ਭੈਣ ਭਰਾਵਾਂ ਦਾ ਵੀ ਸੰਜੋਗ ਆ ਅਨੁਸਾਰੇ ਆਸ ਦੇ ਆਂਡੇ ਬੱਚੀ ਨੂੰ ਕੁਝ ਨਹੀਂ ਹੋਊਗਾ ਕੁਝ ਨਹੀਂ ਅਸੀਂ ਵੀ ਵਿਸ਼ਵਾਸ ਤੌਰ ਤੇ ਤੁਰ ਹੀ ਜੰਨੇ ਆ ਵੀ ਚਲੋ ਬੱਚੀ ਦੀ ਜ਼ਿੰਦਗੀ ਬੱਜੇ ਚਲੋ ਅਨੁਏਤੋ ਵੱਡਾ ਹੋਰ ਕੀ ਹੈ ਅਸੀਂ ਉਸ ਵਿਸ਼ਵਾਸ ਤੇ ਹੀ ਆਸਰੇ ਬੱਚੀ ਦੇ ਪਿੱਛੇ ਪੈਰੇ ਲੇਕਿਨ ਹਰ ਕੋਈ ਸਾਨੂੰ ਕਹਿੰਦਾ ਇਹ ਬਿਮਾਰੀ ਨਾਲ ਕੋਈ ਤੁਸੀਂ ਨਹੀਂ ਜਿੱਤ ਸਕਦੇ ਨਾ ਇਹ ਬੱਚਾ ਬਚਣਾ ਕਿਉਂਕਿ ਕੈਂਸਰ ਦਾ ਮਰੀਜ਼ ਜਿਹੜਾ ਬਹੁਤ ਦਿਨ ਥੋੜੇ ਹੁੰਦੇ ਆ ਕਿ ਨਹੀਂ ਬਚ ਸਕਦਾ ਕੋਈ ਨਾ ਕੋਈ ਖਤਮ ਹੋ ਜਾਂਦੇ ਪਰ ਅੱਜ ਬੱਚੀ ਆ ਸਾਲ ਡੇਢ ਦੋ ਹੋ ਗਏ ਆ ਤੁਹਾਡੇ ਸਾਹਮਣੇ ਆਪਾਂ ਜਦੋਂ ਬੇਟੀ ਕਹਿੰਦੀ ਸੀ ਕਿ ਮੈਂ ਨਹੀਂ ਜੀਣਾ ਚਾਹੁੰਨੀ ਮੈਨੂੰ ਟੀਕਾ ਲਗਵਾ ਦਿਓ ਤਾਂ ਦਿਲ ਤੇ ਕੀ ਬੀਦੀ ਸੀ ਸਾਰੇ ਹੀ ਕੀ ਦੱਸੇ ਕਿ ਇਹ ਵੀ ਰੋਂਦੀ ਹੁੰਦੀ ਸੀ ਤੇ ਆਪਾਂ ਵੀ ਥੋੜਾ ਜਾਇ ਤੇ ਨਾ ਪੜਦੇ ਨਾ ਰੋਲੀਦਾ ਹੀ ਕਿ ਇਹਨੂੰ ਪਤਾ ਨਾ ਲੱਗੇ ਵੀ ਆਪਾਂ ਵੀ ਮਤਲਬ ਇਹ ਧੋਖਾ ਹੁੰਦਾ ਕਿਉਂਕਿ ਸੌਂਦੀ ਨਹੀਂ ਹੁੰਦੀ ਸਾਡੇ ਸਾਹਮਣੇ ਅੱਖਾਂ ਮੀਟ ਕੇ ਜਿਦਾਂ ਲੰਮੇ ਪੈ ਜਾਣਾ ਕੋਈ ਮਹਿਸੂਸ ਕਰਦੇ ਹੁੰਦੇ ਫਿਰ ਮਾਂ ਪਿਓ ਆ ਵੀ ਸੌ ਜਾਂਣ ਵੀ ਮੈਂ ਫਿਰ ਇਹਨੇ ਉੱਠ ਕੇ ਬਾਅਦ ਜਿਵੇਂ ਸੈਸੇ ਹੁੱਕੇ ਲੈਣੇ ਫਿਰ ਹੀ ਵੇਖਣਾ ਫਿਰ ਇਹ ਨੀਂਦ ਦੀਆਂ ਗੋਲੀਆਂ ਵੀ ਦਿੰਨੇ ਨੇ ਪਰ ਨੀਂਦ ਦੀ ਗੋਲੀ ਨਹੀਂ ਅਸਰ ਕਰਦੀ ਹੁੰਦੀ ਇੱਥੇ ਕਿਉਂਕਿ ਦਰਦ ਹੀ ਇੰਨਾ ਜ਼ਿਆਦਾ ਭਿਆਨਕ ਹੁੰਦਾ ਹੀ ਕਿ ਜਦੋਂ ਵਾਲ ਪੁੱਟਣੇ ਕਈ ਖਿਜਣਾ ਹੀ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਸਕੇ ਨਾ ਹਾਲਾਤ ਸਾਡੇ ਆਪਣੇ ਖਾਦ ਕਿ ਰੋਟੀ ਪਾਣੀ ਤੇ ਕਿਤੇ ਰਹਿ ਗਿਆ ਬੰਦੇ ਦਾ ਤੇ ਵੀ ਆਪ ਸਾਡੇ ਵੀ ਅਸੀਂ ਬਹੁਤ ਇੱਕ ਆ ਜੀਣ ਦੀ ਆਸ ਛੱਡ ਚੁੱਕੇ ਹਾਂ ਕਈ ਵਾਰ ਇਤਨਾ ਟੈਨਸ਼ਨ ਹੁੰਦੀ ਕਿ ਜਿ ਤਰ੍ਹਾਂ ਇਕ ਕੀ ਮਣਾਏ ਜ਼ਿੰਦਗੀ ਚ ਲੈਣਾ ਕੋਈ ਖਾ ਲਈਏ ਜਾਂ ਆਪਣੇ ਆਪ ਸਾਰੇ ਕੋਈ ਨਾ ਕੋਈ ਕਰ ਲਈਏ ਤੇ ਪਰ ਤੁਹਾਨੂੰ ਪਤਾ ਜੀਣਾ ਹੁਣ ਬੜਾ ਹਰ ਇੱਕ ਭੈਣ ਭਰਾ ਜਿਹਦਾ ਤੁਸੀਂ ਸੰਯੋਗ ਦਿੰਦੇ ਇਤਰੇ ਹਰ ਕੋਈ ਕਹਿੰਦਾ ਕੋਈ ਨਹੀਂ ਤੂੰ ਆਸ ਨਾ ਛੱਡੋ ਕੋਈ ਨਾ ਕੋਈ ਰੱਬ ਦੇ ਰੂਪ ਬੰਦੇ ਹੁੰਦੇ ਆ ਅਕਸਰ ਤੁਹਾਡੀ ਹੈਲਪ ਹੋਊਗੀ ਚਲੋ ਅਸੀਂ ਵੀ ਉਹ ਆਸਾਂ ਨਾਲ ਫਿਰ ਥੋੜੀ ਬੋਦੀ ਜਿਤਨਾ ਕੋਈ ਨਾ ਕੋਈ ਭੈਣ ਭਰਾ ਟੱਕਰਦਾ ਗਿਆ ਅਸੀਂ ਵੀ ਨਾਲ ਨਾਲ ਉਹਨਾਂ ਦੇ ਸੰਯੋਗ ਨਾਲ ਤੁਰੇ ਰਹੇ ਲੜਾਈ ਕਰਦੇ ਬਿਮਾਰੀ ਨਾਲ ਪਰ ਚਲੋ ਲਾਸਟ ਲੱਤ ਨਹੀਂ ਵੱਸ ਸਕੀ ਕਿਉਂਕਿ ਲੱਤ ਜਿਹੜੀ ਤੁਹਾਨੂੰ ਪਤਾ ਫਿਰ ਉਹ ਜਿਆਦਾ ਖਰਾਬ ਫਿਰ ਕਟਾਉਣੀ ਪਈ ਇਹਨੂੰ ਬੱਚੇ ਨੂੰ ਵੀ ਦਿੱਤਾ ਵੱਡਣ ਤੋਂ ਬਾਅਦ ਜਦੋਂ ਇਹ ਆਪਣਾ ਆਪਣਾ ਕੀ ਨਾ ਆਪਰੇਸ਼ਨ ਥੀਟਰ ਤੋਂ ਬਾਹਰ ਮੈ ਲੈ ਜਾਂਦਾ ਉਸ ਕਿਉਂਕਿ ਉਸ ਟਾਈਮ ਹਾਂ ਨੂੰ ਪਕਾਰਦੀ ਮੇਰੇ ਡੈਡੀ ਨੂੰ ਸੱਦੋ ਲੱਗੇ ਤੇ ਉਹ ਮੈਨੂੰ ਕਹਿੰਦੇ ਵੀ ਅੰਦਰ ਜਾਓ ਬੇਟੀ ਨੂੰ ਹੌਸਲਾ ਦੋ ਅਰੇ ਉਸ ਟਾਈਮ ਵੀ ਇਹ ਨਾ ਮੈਨੂੰ ਕੋ ਅੱਜ ਵੀ ਇਹਦੀ ਵੀਡੀਓ ਹੈਗੀ ਆ ਮੈਂ ਭਰੀ ਰੋਵੇ ਨਾਲ ਕਹਿੰਦੀ ਮੈਂ ਲੱਤ ਨੂੰ ਵੀ ਆਪਣੀ ਲੱਤ ਵਾਲੋਂ ਕਹਿੰਦੀ ਮੈਂ ਤੈਨੂੰ ਸੰਭਾਲ ਦੇ ਰਹੀ ਮੈਂ ਮਰਨਾ ਚਾਹੁੰਦੀ ਆ ਤੂੰ ਫਿਰ ਕੱਟੀ ਗਈ ਤੇ ਮੈਂ ਉਸ ਟਾਈਮ ਦਾਸ ਨਹੀਂ ਸਕਦਾ ਮੈਂ ਕਿ ਇਸ ਕੰਡੀਸ਼ਨ ਚ ਹੈ ਵੀ ਇਹਨੂੰ ਚੁੱਪ ਕਰਾਵਾਂ ਕਿ ਜਾਂ ਆਪਣੇ ਆਪ ਨੂੰ ਕਰਾਵਾਂ ਪਰ ਮੈਂ ਫਿਰ ਵੀ ਦਿਲ ਤੇ ਪੱਥਰ ਰੱਖ ਕੇ ਇਹਨੂੰ ਗਲਗੁਲਾ ਪਰ ਉਸ ਟਾਈਮ ਨੂੰ ਟੀਕੇ ਬੋਸ਼ੀ ਦੇ ਹੀ ਬਹੁਤ ਜ਼ਿਆਦਾ ਪਰ ਲੇਕਨ ਇਹ ਕੰਟਰੋਲ ਨਹੀਂ ਕਰਦੇ ਫਿਰ ਵੀ ਹੌਸਲਾ ਦਿੱਤਾ ਵੀ ਚਲੋ ਬੇਟੀ ਹੈ ਵੱਡੀ ਹੀ ਸਾਰਿਆਂ ਨੂੰ ਉਹ ਮੇਰੀਆਂ ਬੇਟੀਆਂ ਹੀ ਤੇ ਬੇਟਾ ਬਹੁਤ ਛੋਟਾ ਹੈ ਤੇ ਇਹਦੇ ਰਾਸ ਹੀ ਚਲੋ ਜਵਾਨ ਹੀ ਵੀ ਚਲੋ ਪੜੇਗੀ ਸ਼ਾਇਦ ਕੋਈ ਸਾਡਾ ਲਈ ਸ਼ਾਇਦ ਕੋਈ ਜੋਬ ਤੇ ਜਾਂ ਕੋਈ ਫੌਜ ਦੀ ਨੌਕਰੀ ਨਾਲ ਕਰ ਜਾਂਦੀ ਮੈਂ ਡੈਡੀ ਫੌਜੀ ਬਣੂ ਪਰ ਚਲੋ ਔਰ ਰੱਬ ਨੂੰ ਪਤਾ ਸਾਨੂੰ ਤੇ ਪਤਾ ਨਹੀਂ ਇਸ ਬਾਰੇ ਕੀ ਹਾਲਾਤ ਹੈ ਕੀ ਚੱਕਰੀ ਤੇ ਬਹੁਤ ਅਸੀਂ ਉਹ ਦੌਰ ਚ ਇੰਨੇ ਜਿਆਦਾ ਟੁੱਟ ਚੁੱਕੇ ਹਾਂ ਕਿ ਪੈਸੇ ਤੋਂ ਵੀ ਕਿਰਾਏ ਤੋਂ ਵੀ ਕਈ ਰਿਹਾਲਾਤ ਹੈ ਉਹ ਜਿਹੇ ਰਸਤੇ ਚ ਵੀ ਹੁੰਦੇ ਜਾਂਦੇ ਆ ਜਿ ਤਰ੍ਹਾਂ ਇਹਨੂੰ ਐ ਟੂ ਟੂ ਤੇ ਖੜਦੇ ਹਾਂ ਕਿ ਇਸ ਵੇਲੇ ਬੱਚੇ ਦੇ ਮਨ ਚ ਭਾਵਨਾ ਆ ਜਾਂਦੀ ਵੀ ਕੋਈ ਚੀਜ਼ ਆਪਾਂ ਖਾ ਲਈਏ ਗਰਮੀ ਆ ਛਾਂ ਵਿੱਚ ਵਿੱਚ ਖਾਣ ਨਾ ਕਿਤੇ ਰੇੜੀ ਰੂੜੀ ਲੱਗੀ ਹੋਣੀ ਆਪਾਂ ਜੂਸ ਜਾਂ ਸਾਨੂੰ ਪੀਉਣ ਵਾਲੋਂ ਕਿ ਹਲੇ ਬੰਦਿਆਂ ਨੇ ਕਈ ਪੁੱਛ ਹੀ ਲੈਂਦੇ ਵੀ ਭਾਜੀ ਕੀ ਗੱਲ ਕਿੱਥੋਂ ਆਏ ਕਣਾਂ ਇਸ ਤਰ੍ਹਾਂ ਤਰ੍ਹਾਂ ਭਾਜੀ ਆਉਣ ਦੇ ਆ ਬੱਚੇ ਦੇ ਆ ਚੱਕਰ ਤੇ ਕਈ ਵਾਰੀ ਇੱਕ ਦੋ ਜਗ੍ਹਾ ਤੇ ਮੇਰੇ ਨਾਲ ਹੋਇਆ ਵੀ ਇਸ ਤਰ੍ਹਾਂ ਕਿ ਕੋਈ ਐਨ ਆਰ ਆਈ ਵੀਰ ਹੀ ਉੱਥੇ ਮੁੰਡੇ ਖੜੇ ਸੀ ਮੈਂ ਲਈ ਇੱਕੋ ਹੀ ਗਲਾਸ ਕਰਾਇਆ ਕਿਉਂਕਿ ਜਲੂਸ ਮਹਿੰਗਾ ਹੈ ਉਸ ਟਾਈਮ ਫਿਰ ਵੀ ਉਹ ਬੰਦਿਆ ਨੇ ਨਾ ਉਹ ਜੂਸ ਵਾਲੀ ਨੂੰ ਪਤਾ ਨਹੀਂ ਕੀ ਕੀਤਾ ਮੈਨੂੰ ਨਹੀਂ ਪਤਾ ਲੱਗਾ ਕਿ ਉਹ ਉਹਨਾਂ ਨੇ ਜਦੋਂ ਇਹਦੀ ਬਿਮਾਰੀ ਵਾਲੋ ਸੱਚਾ ਉਹ ਸਾਰਿਆਂ ਨੂੰ ਕਹਿੰਦੇ ਜੂਸ ਦੋ ਮੈਂ ਸਰ ਮੇਰੇ ਕੋ ਪੈਸੇ ਨਹੀਂ ਨੇ ਅਗੇ ਕਹਿੰਦੇ ਕੋਈ ਨਹੀਂ ਅਸੀਂ ਪੈਸੇ ਦੇ ਦਾਂਗੇ ਤੂੰ ਟੈਨਸ਼ਨ ਲੈ ਸਾਡੀ ਭੈਣ ਆ ਰਹੀ ਹੈ ਫੇਰ ਉਹ ਨਾ ਫਰੂਡ ਵੀ ਦਿੱਤਾ ਮੈਂ ਉਹ ਬੰਦਿਆਂ ਦਾ ਵੀ ਅੱਜ ਵੀ ਕਈ ਰਹੀ ਇਸ ਤਰ੍ਹਾਂ ਦਾ ਹੁੰਦਾ ਕਿ ਕਿਰਾਏ ਤੋਂ ਵੀ ਲਾ ਲੋ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਵੀ ਵੱਲਾ ਇੱਥੋਂ ਅੰਬਰਸਰ ਕਿੰਨੀ ਕਿ ਦੂਰ ਆ ਅਸੀਂ ਉਸ ਹਸਪੀਟਲ 'ਚ ਵੀ ਕਿਰਾਏ ਤੋਂ ਵੀ ਮਹਤਾਜ ਹੋ ਜਾਂਦੇ ਰਹੇ ਸਾਨੂੰ ਉਹ ਸਟੈਂਡ ਵਾਲਿਆਂ ਨੇ ਵੀ ਮੇਰਾ ਵੈਗ ਜਿਹੜਾ ਸੀ ਜਿੱਤੇ ਮੈਨੂੰ ਖੜਦਾ ਉਹਨਾਂ ਕਹਿ ਰਹੇ ਉਹਨਾਂ ਨੇ ਬੰਦਿਆਂ ਨੇ ਮੇਰੀ ਇੰਨਾ ਤੱਕ ਕਿਹਾ ਵੀ ਇਹਦਾ ਕੋਈ ਪੈਸਾ ਨਹੀਂ ਚਾਰਜ ਲਿਆ ਕਰਨਾ ਕਿਉਂਕਿ ਇਹ ਬੰਦਾ ਬਹੁਤ ਗਰੀਬ ਆ ਤੇ ਮੈਂ ਕਿਉਂਕਿ ਰੋਣਦਾ ਪਾਜੀ ਮੈਂ ਬਾਹਰ ਲਾ ਲਈਨਾ ਤੋ ਇਹਨਾਂ ਮੈਨੂੰ ਬਹੁਤ ਸਪੋਰਟ ਕੀਤੀ ਉਹ ਬੰਦਿਆਂ ਨੂੰ ਮੈਂ ਮਿਸ ਕਰਦਾ ਅੱਜ ਵੀ ਜਦੋਂ ਕਿਤੇ ਮੈਨੂੰ ਮਿਲਦੇ ਆ ਬਹੁਤ ਤਾਰੀਫ ਕਰਦੇ ਬੱਚੀ ਵਾਲੋਂ ਪੁੱਛਦੇ ਆ ਬਲੱਡ ਤੱਕ ਵੀ ਕੋਈ ਲੋੜਾਂ ਪੈਂਦੀ ਆ ਕਿ ਮੇਰੇ ਕੋਲ ਬੰਦਾ ਨਹੀਂ ਹਾਜ਼ਰ ਹੁੰਦਾ ਵੀ ਬਲੱਡ ਗਰੁੱਪ 2 ਪਰ ਫੇਰ ਵੀ ਮੈਨੂੰ ਬੜੇ ਪੈਣ ਪਰਵਾਨੇ ਇਸ ਤਰ੍ਹਾਂ ਦੇ ਸੰਯੋਗ ਦਿੱਤੇ ਕਿ ਜਿਨ੍ਹਾਂ ਨੇ ਬਲੱਡ ਕਿਸ ਤਰ੍ਹਾਂ ਕਿਵੇਂ ਮਤਲਬ ਹੈਂਡਲ ਕਰਾ ਦਿੰਦੇ ਸੀ ਵੀ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲੈ ਦਿਲ ਨਾਲ ਹੌਸਲਾ ਕਰ ਕਈ ਚੀਜ਼ਾਂ ਐ ਹੋਈਆਂ ਜ਼ਿੰਦਗੀ 'ਚ ਹੋਈਆਂ ਕਿ ਜੋ ਮੈਂ ਆਪਣੀ ਇੱਕ ਮਤਲਬ ਕਿ ਕਹਿਤਾ ਵੀ ਅਸੀਂ ਕਿ ਪੁਖਾਰੀ ਵਾਲੇ ਸਾਹ ਤੇ ਆ ਚੁੱਕੇ ਹਾਂ ਮਾਹੌਲ ਤੇ ਇੱਕ ਵੇਖਣ ਨੂੰ ਲੱਗਦੇ ਆ ਕਿ ਇਨਸਾਨ ਆ ਜਿੰਦੇ ਜੀ ਜਾਗਦੇ ਤੁਰੇ ਫਿਰਦੇ ਰਿਸ਼ਤੇਦਾਰਾਂ ਨੇ ਕਿੰਨੀ ਮਤ ਕੀਤੀ ਕੋਈ ਨਹੀਂ ਇੱਕ ਪੈਸੇ ਦੀ ਵੀ ਨਹੀਂ ਪਿੰਡ ਚੋਂ ਵੀ ਬਹੁਤ ਨਹੀਂ ਕਹਨੇਗੀ ਸੀ ਸਿਰਫ ਆ ਜਨਰ ਦੇ ਪਰਦੇਸ ਜਿਹੜੇ ਸੀ ਉਹ ਭੈਣ ਭਰਾਵਾਂ ਨਾਲੋਂ ਰਿਸ਼ਤੇਦਾਰਾਂ ਨਾਲੋਂ ਵੱਧ ਗਏ ਨੀ ਬੇ ਮੈਂ ਨਾ ਵੀ ਮੈਂ ਨਾ ਸਾਰੀ ਉਮਰ ਲੈਣਾ ਦੇਣਾ ਨਹੀਂ ਦੇ ਸਕਦਾ ਮੈਂ ਰਹਾ ਚਾਹਵਾ ਤੇ ਮੈਂ ਆਪਣੀ ਉਹਨਾਂ ਦੀ ਜ਼ਿੰਦਗੀ ਵਾਸਤੇ ਜੇ ਕੋਈ ਵੀ ਕੰਮ ਮੈਂ ਪ੍ਰੇ ਜਾਂ ਰੱਬ ਦੇ ਗਾੜੀ ਜੋ ਵੀ ਆ ਵੀ ਮਤਲਬ ਉਹਨਾਂ ਦੀ ਉਮਰ ਮੰਗ ਸਕਦਾ ਕਿ ਮਹਾਰਾਜ ਉਹਨਾਂ ਨੂੰ ਵੱਧ ਤੋਂ ਵੱਧ ਪਿਆਹਾ ਤੇ ਲਾ ਹਰ ਕਮਾਈ ਦੇ ਜਿਤਨਾ ਮੇਰੀ ਲਈ ਉਹ ਮਤਲਬ ਰਿਸ਼ਤੇ ਬਣੇ ਹੋਰ ਵੀ ਕਿਹੇ ਭੈਣ ਭਰਾ ਲਈ ਜਿਤਨਾ ਕੋਈ ਗਰੀਬ ਦੀ ਮਜ਼ਦੂਰੀ ਵੀ ਉਹਦਾ ਭਾਵਨਾ ਨੂੰ ਮਤਲਬ ਸਾਂਭਣ ਜਿਤਨਾ ਮੇਰ ਨਾਲ ਸਾਂਭਿਆ ਮੈਂ ਉਹਨਾਂ ਦਾ ਭੁੱਲ ਨਹੀਂ ਸਕਦਾ ਜ਼ਿੰਦਗੀ ਬਾਰੇ ਵੀ ਉਹਨਾਂ ਨੇ ਮੇਰ ਨਾਲ ਕੀ ਕੀ ਹੈਲਪਾਂ ਕੀਤੀਆਂ ਪਾਇਓ ਰੱਬ ਦੇ ਰੂਪ ਇਹ ਬੰਦ ਇਨਸਾਨ ਹੀ ਕਿਸ ਤਰ੍ਹਾਂ ਵੀ ਹੁੰਦੇ ਰਹੇ ਪਰ ਮੇਰੇ ਨਾਲ ਬਹੁਤ ਐਨਆਰਆਈ ਵੀਰਾਂ ਨੇ ਪਾਇ ਮੈਂ ਨਹੀਂ ਕੋਈ ਕਹਦਾ ਵੀ ਮੈਨੂੰ ਕਿਸੇ ਨੇ ਕੀ ਦਿੱਤਾ ਕੀ ਨਹੀਂ ਪਰ ਉਹਨਾਂ ਨੇ ਮੈਨੂੰ ਡਿੱਗਣ ਨਹੀਂ ਦਿੱਤਾ ਹੌਸਲਾ ਦੇ ਗਏ ਵੀ ਤੂੰ ਚੱਲੀ ਜਾ ਜਿੱਤਰਾ ਕੋਈ ਬੰਦਾ ਕਹਿ ਦਿੰਦਾ ਵੀ ਤੂੰ ਆਹ ਰਸਤੇ ਤੇ ਤੁਰਿਆ ਕੋਈ ਨਾ ਕੋਈ ਮੰਜ਼ਲ ਤੇ ਪਹੁੰਚੇਗਾ ਤੇ ਜੇ ਮੈਂ ਪੈਸੇ ਵਾਲ ਨੂੰ ਚੱਲਦਾ ਤਾਂ ਫਿਰ ਇਹ ਬੇਟੀ ਨਹੀਂ ਵੱਜਦੀ ਮੈਂ ਬਰ ਪੈਸੇ ਨੂੰ ਐਮੀਅਤ ਨਹੀਂ ਦਿੱਤੀ ਕਿਉਂਕਿ ਮੈਨੂੰ ਕੋਈ ਸਖਸ ਇਹੋ ਜਿਹੀ ਵੀ ਕਹਿ ਤੂੰ ਦੇਈ ਕਿ ਜਿਤਨਾ ਪੀ ਉਸ ਟਾਈਮ ਮੋਲ ਬਹੁਤ ਕਾਫੀ ਖਰਾਬ ਚੁਕੇ ਸੀ ਤੇ ਵੀ ਪੈਸਾ ਜਿਤਨਾ ਦਾ ਵੀ ਇਹ ਬਿਮਾਰੀ ਆ ਫਲਾਣ ਆ ਤੇ ਕਈ ਬੰਦੇ ਕਹਿੰਦਾ ਵੀ ਲੋਕੀ ਝੂਠ ਮਾਰਦੇ ਆ ਮੈਂ ਮੈਂ ਝੂਠ ਨਹੀਂ ਮਾਰਨਾ ਭਈ ਆ ਬੇਟੀ ਸਾਹਮਣੇ ਆ ਵੀਡੀਓ ਕਾਲ ਕਰਕੇ ਵੇਖ ਲਓ ਬੱਚੀ ਨਾਲ ਗੱਲ ਕਰ ਲਓ ਹਸਪੀਟਲ ਤੋਂ ਪਤਾ ਕਰ ਲਓ ਪਰ ਮੈਂ ਪੈਸਾ ਨਹੀਂ ਖਾਣਾ ਜੋ ਵੀ ਖਰਚਾ ਬੇਟੀ ਤੇ ਲੱਗੇਗਾ ਮੈਂ ਲਾਵਾਂਗਾ ਨਹੀਂ ਲੱਗੇਗਾ ਤਾਂ ਰੱਬ ਜਾਣਦਾ ਪਰ ਮੈਂ ਇਹ ਨਹੀਂ ਕਹਿੰਦਾ ਵੀ ਭੈਣ ਭਰਾਵਾਂ ਨੇ ਮੈਨੂੰ ਜੋ ਸੰਯੋਗ ਦਿੱਤਾ ਨਾ ਵੀ ਉਹ ਨਹੀਂ ਹਾਰਨ ਦਿੱਤਾ ਚਲੋ ਭਾਈ ਅੱਜ ਨਹੀਂ ਵੀ ਕੋਈ ਮਰਨਾਲ ਪਰ ਬਾਹਰ ਵਾਲਿਆਂ ਦਾ ਪਿਆਰ ਆ ਮੇਰੇ ਨਾਲ ਬਹੁਤ ਜ਼ਿਆਦਾ ਉਹਨਾਂ ਦਾ ਸੰਜੋਗ ਆ ਆਪਣੇ ਇੰਡੀਆ ਤੋਂ ਵੀ ਆ ਜਿਤਨਾ ਕਿ ਕਈ ਕਾਫੀ ਬੰਦੇ ਆ ਮੈਂ ਕੋਈ ਕਹਿ ਨਹੀਂ ਸਕਦਾ ਕਿ ਜਿਨ੍ਹਾਂ ਨੇ ਮੈਨੂੰ ਇਹੋ ਜਿਹੇ ਮੈਂ ਬੰਦਿਆਂ ਦਾ ਕੀ ਜ਼ਿਕਰ ਕਰਾਂਗੇ ਜਿਨ੍ਹਾਂ ਦੀ ਸਹਦ ਕੋਈ ਕਪੜੇ ਸੀਣ ਦੀ ਦੁਕਾਨਾਂ ਤੱਕ ਵਾਲਿਆਂ ਬੰਦਿਆਂ ਨੇ ਵੀ ਮੈਨੂੰ 1000 2000 ਰੁਪਏ ਤੱਕ ਹਲਪ ਕੀਤੀ ਇਹ ਇੰਨਾ ਹਾਲਾਤ ਹੁੰਦੇ ਕਿ ਉਹਨਾਂ ਦੀ ਵੀਡੀਓ ਤੇ ਹੀ ਵੇਖ ਕੇ ਕਹਿੰਦੇ ਸੀ ਭਾਜੀ ਤੁਸੀਂ ਕਿੱਥੇ ਜੀ ਭਾਜੀ ਤੁਸੀਂ ਕਿੱਥੇ ਤੇ ਬਹੁਤ ਪਰ ਮੈਂ ਹੁਣ ਤੁਸੀਂ ਵੀ ਇੱਥੇ ਆਏ ਬੂੰਦ ਬੂੰਦ ਨਾ ਬਾਲਟੀ ਭਰ ਜਾਂਦੀ ਹਾਂਜੀ ਪਰ ਅੱਜ ਵੀ ਜਿੱਥੇ ਤੁਸੀਂ ਮੇਰੇ ਵੀਡੀਓ ਜਦੋਂ ਤੁਸੀਂ ਬੱਚੀ ਠੀਕ ਨਹੀਂ ਸੀ ਵੇਖਿਆ ਸੀ ਮੈਂ ਉਸ ਘਰ ਹੀ ਖੜਾ ਹਾਂ ਜਿੱਥੇ ਮਤਲਬ ਕਿ ਮੈਨੂੰ ਇੱਥੇ ਰਹਿਣ ਲਈ ਇਹਨਾਂ ਨੇ ਹੈਲਪ ਦਿੱਤੀ ਹੋਈ ਹੈ ਤੇ ਅੱਜ ਵੀ ਉਸੇ ਹੀ ਜਗ੍ਹਾ ਤੇ ਕੋਈ ਇਹ ਨਹੀਂ ਹੈਰਾ ਫੇਰੀ ਕੀਤੀ ਜਾਂ ਵੀ ਕਿਤੇ ਮੈਂ ਕੋਈ ਆਪਣਾ ਮਕਾਮ ਖੜਾ ਕੀਤਾ ਕਿ ਬੱਚੀ ਨੂੰ ਛੱਡ ਕੇ ਜਾਂ ਪੈਸੇ ਦੇ ਲਾਲਚ ਕੇ ਮੈਂ ਨਹੀਂ ਕੀਤਾ ਅੱਜ ਵੀ ਹੁਣ ਦਰਸ਼ਕਾਂ ਨੂੰ ਦੱਸ ਦਈਏ ਕਿ ਜਿਸ ਘਰ ਦੇ ਵਿੱਚ ਰਹਿ ਰਹੇ ਨੇ ਇਸ ਘਰ ਦੇ ਮਾਲਕ ਨੇ ਇਹਨਾਂ ਨੂੰ ਘਰ ਜਿਹੜਾ ਆ ਉਹ ਰਹਿਣ ਲਈ ਦਿੱਤਾ ਹੋਇਆ ਉਹ ਕਿਰਾਇਆ ਨਹੀਂ ਲੈਂਦੇ ਇਹਨਾਂ ਕੋਲ ਸਿਰਫ ਇਸ ਘਰ ਦੇ ਵਿੱਚ ਰਹਿੰਦੇ ਨੇ ਇਸ ਘਰ ਦੀ ਸਾਫ ਸਵਾਈ ਕਰਦੇ ਨੇ ਇਵੇਂ ਹੀ ਹੈ ਨਾ ਹਾਂਜੀ ਸਰ ਇਸ ਘਰ ਦੀ ਮੈਂ ਸਫਾਈ ਵੀ ਆ ਉਹਨਾਂ ਨੇ ਪਿਛਲੋ ਆਪ ਬਾਹਰ ਰਹਿੰਦੇ ਨੇ ਸਾਰੇ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਚਲ ਤਰ ਕੋ ਘਰ ਬਾਹਰ ਨਹੀਂ ਹੈਗਾ ਜਦੋਂ ਰਿਆ ਤਾਂ ਤੂੰ ਇੱਥੇ ਆ ਜਾ ਇੱਥੇ ਆਪਣਾ ਤੂੰ ਜੋ ਮਰਜ਼ੀ ਕਰ ਆਪਣਾ ਮਿਹਨਤ ਮਜ਼ਦੂਰੀ ਕਰ ਸਾਨੂੰ ਕੋਈ ਟੈਨਸ਼ਨ ਨਹੀਂ ਆਪਣੀ ਬੇਟੀ ਦਾ ਉਹਨਾਂ ਕਦੀ ਆਣ ਕੇ ਇਹ ਵੀ ਨਹੀਂ ਆਖਿਆ ਕਿ ਤੇਰੀ ਬੇਟੀ ਆ ਹਾਲਾਤ ਚ ਆ ਵੀ ਮਣਾ ਤੁਹਾਡੇ ਘਰ ਦੇ ਵਿੱਚ ਕਿਉਂ ਕੈਂਸਰ ਦਾ ਮਰੀਜ਼ ਰੱਖਣ ਡਿਆ ਨਾ ਮੈਨੂੰ ਕਦੀ ਨਹੀਂ ਕਿਹਾ ਚਲੋ ਉਹਨਾਂ ਨੇ ਮੈਨੂੰ ਜੋ ਵੀ ਹੋਇਆ ਸਪੋਰਟ ਕੀਤੀ ਬੱਚੇ ਵਾਸਤੇ ਜੋ ਵੀ ਬੱਚੇ ਨੇ ਕਦੇ ਮੰਗਿਆ ਉਹਨਾਂ ਨੇ ਦੇ ਦਿੰਦੇ ਰਹੇ ਤੇ ਅੱਜ ਵੀ ਅਸੀਂ ਇਹ ਲੋ ਇਸ ਘਰ ਚ ਆ ਉਹਨਾਂ ਕਦੀ ਹਣ ਕਿੱਡੇ ਸੀ ਪਰ ਰਿਸ਼ਤੇਦਾਰਾਂ ਨੇ ਕਦੀ ਵੀ ਮੇਰੇ ਅੱਜ ਮੈਂ ਕਹਿ ਨਹੀਂ ਸਕਦਾ ਕਿ ਮੇਰੀ ਬੇਟੀ ਲੱਗੇ ਕੋਈ ਇਹਨਾਂ ਦੀ ਜਿੱਤਾ ਰਿਸ਼ਤੇਦਾਰਾਂ ਚ ਕੋਈ ਵੀ ਖੜਾ ਨਹੀਂ ਖੁਸ਼ ਨਹੀਂ ਉਹਨੂੰ ਵੇਖ ਕੇ ਹੈਗੇ ਹਨ ਕਈ ਕਹਿ ਦਿੰਦੇ ਵੀ ਇਹਨੂੰ ਪਿੰਗਲਵਾੜੇ ਛੱਡਿਓ ਜਾਂ ਇਸ ਤਰ੍ਹਾਂ ਦੀ ਵੀ ਕਹਿਰੀ ਸਾਨੂੰ ਮਤਲਬ ਕਿ ਕੀ ਦਸੀ ਅੰਦਰੂਨੀ ਕਹਿ ਦਿੰਦੇ ਮੇਰੀ ਵਾਈਫ ਨੂੰ ਕਿ ਤੁਸੀਂ ਕਿਥੇ ਨੂੰ ਚੁੱਕੀ ਫਿਰਦੇ ਹੋ ਇਹ ਬਚਣ ਵਾਲੇ ਮਰੀਜ਼ ਤੇ ਛੱਡੇ ਹੋ। ਅਹੀਂ ਜਦੋਂ ਲੈ ਕੇ ਜਾਣਾ ਲੋਕਾਂ ਨੇ ਕਈਆਂ ਨੇ ਘਰ ਨੂੰ ਰਿਸ਼ਤਾ ਪੁੱਛਣਾ ਵੀ ਛੱਡਿਆ ਹੈ। ਪਰ ਮੈਂ ਕੰਮ ਨਹੀਂ ਕੀਤਾ। ਮੈਂ ਸਾਇਦ ਮੇਰਾ ਕੋਈ ਖੂਨ ਦਾ ਰਿਸ਼ਤਾ ਹੈ। ਖੂਨੀ ਚਮਜਲੋ ਜਾਂ ਮੈਂ ਜ਼ਿੰਦਗੀ 'ਚ ਇਹ ਸੋਚਦਾ ਹਾਂ ਵੀ ਮੇਰਾ ਕੋਈ ਲੈਣਾ ਦੇਣਾ ਜਾਂ ਇਹਦਾ ਮੇਰੇ ਨਾਲ ਕੋਈ ਜ਼ਿੰਦਗੀ ਦਾ ਪੁਵਿਖਾ ਆ ਗਿਆ ਹੋਊਗਾ ਗਾੜੀ ਮੇਰੇ ਹੀ ਜਾਂ ਵੀ ਜੋ ਇਹ ਸੇਵਾ ਹੈ। ਪਰ ਜੋ ਸੇਵਾ ਮੈਂ ਜ਼ਿੰਦਗੀ 'ਚ ਇਹਦੇ ਨਾਲ ਕੀਤੀ ਹੈ, ਸਾਇਦ ਰੱਬ ਵੀ ਜਾਣਦਾ ਹੈ। ਤੇ ਇਹਨੂੰ ਪਤਾ ਆ। ਠੀਕ ਹੈ। ਅੱਜ ਵੀ ਉਹ ਹੌਸਲਾ ਕਰਦੀ ਡੈਡੀ ਤੁਸੀਂ ਮੈਨੂੰ ਬਚਾ ਲਿਆ ਮੈਂ ਤੇ ਹੀ ਬਚਣਾ ਚਾਹੁੰਦੀ ਤੁਸੀਂ ਮੈਨੂੰ ਟੀਕਾ ਲਵਾ ਦਿੰਦੇ ਚਾਹੇ ਮੈਂ ਮਰ ਜਾਂਦੀ ਉਹ ਚੰਗਾ ਹੈ ਪਰ ਆਪਣੀ ਆਸਰੀ ਹੀ ਛੱਡੀ ਬੱਚੇ ਦੀ ਪਰ ਇਹੋ ਜੀ ਵੀ ਚਲੋ ਜੇ ਮਾੜੀ ਹੈ ਚੰਗੀ ਹੈ ਤੇ ਆਪਣੀ ਹੁਣ ਭਾਜੀ ਮੌਜੂਦਾ ਸਥਿਤੀ ਕੀ ਕਰਦੇ ਕਿਸ ਤਰ੍ਹਾਂ ਦੇ ਹਾਲਾਤ ਹੈ ਇਸ ਤਰ੍ਹਾਂ ਮੈਂ ਥੋੜਾ ਨਾ ਬੱਚਿਆਂ ਵਾਸਤੇ ਇੱਕ ਐਟੋ ਚਲਾਉਣਾ ਥੋੜਾ ਜਿਹਾ ਇੱਥੇ ਲੱਗਾ ਆ ਤਾਂ ਚਲੋ ਮੈਨੂੰ 2-3000 ਰੁਪਏ ਮਹੀਨੇ ਦਾ ਵੱਜ ਜਾਂਦਾ ਬਾਕੀ ਦਿਹਾੜੀ ਟੱਪਾ ਮਿਲ ਜੇ ਮੈਂ ਉਹ ਵੀ ਕਰ ਕੁਰ ਲੈਣਾ ਤੇ ਤੁਹਾਨੂੰ ਪਤਾ ਪਰ ਇੰਨੇ ਦੇ ਵਿੱਚ ਹੁਣ ਤਿੰਨ ਬੱਚੇ ਚਾਰ ਤਿੰਨ ਚਾਰ ਬੱਚੇ ਆ ਮੇਰੇ ਪਰ ਜੋ ਖੁਸ਼ੀ ਉਹਤ ਨਹੀਂ ਮੈਂ ਕਰ ਸਕਦਾ ਜੋ ਰੁਕੀ ਮਿੱਸੀ ਰੋਟੀ ਜੋ ਆ ਉਹ ਮੈਂ ਖਾਣ ਲਿਆ ਬੱਚੀ ਕੇਸ ਕਲਾਸ ਵਿੱਚ ਪੜਦੀ ਸੀ ਜਿਹੜੋ ਇਹ ਮੁਸ਼ਕਲ ਆਈ ਮੇਰੇ ਸਾਨੂੰ ਨੌਵੀਂ ਕਲਾਸ ਚ ਹੈ 8ਵੀਂ ਪਾਸ ਕੀਤੀ ਨੌਵੀਂ ਚ ਤੇ ਅਹਲੇ ਹੁਣ ਫੇਰ ਮੈਂ ਪੜਾਉਣ ਲਿਆ ਹਰ ਇੱਕ ਭੈਣ ਭਰਾ ਨੂੰ ਮੈਨੂੰ ਕਹੇ ਇਹਨੂੰ ਪੜਾ ਜਿਹੜੇ ਬਾਹਰੋਂ ਆਪਣੇ ਹੁੰਦੇ ਜਿੰਨੇ ਵੀ ਮੇਰੇ ਘਰ ਦੇ ਤੇ ਕਦੀ ਕੋਈ ਰਿਸ਼ਤੇਦਾਰ ਨਹੀਂ ਕਹਿੰਦਾ ਇਹਨੂੰ ਪੜਾ ਪਰ ਇਹਨੂੰ ਮੈਂ ਫੇਰ ਵੀ ਪੜਨੇ ਪਾਇਆ ਵੀ ਚਲੋ ਕੋਈ ਨਾ ਕੋਈ ਆਪਣੇ ਜਿੰਨੇ ਚਿਰ ਅਸੀਂ ਜਿੰਨੇ ਆ ਬਾਕੀ ਫਿਰ ਭੈਣ ਭਰਾਵਾਂ ਦੀ سپورਟ ਮੰਗਾਗੇ ਵੀ ਇਹਦੀ ਕਿਤੇ ਨਾ ਕਿਤੇ ਜੌਬ ਬਾਰੇ ਜਾਂ ਕਿਸ ਤਰ੍ਹਾਂ ਵੀ ਕਿਤੇ ਸੈੱਟ ਹੋ ਜੇ ਬਾਕੀ ਹੁਣ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਤੁਹਾਨੂੰ ਜਿਹੜੇ ਐਨ ਆਰ ਆਈ ਭਰਾ ਦੇਖ ਰਹੇ ਆ ਕੀ ਅਪੀਲ ਕਰਨਾ ਚਾਹੁੰਦੇ ਉਹਨਾਂ ਨੂੰ ਕਿ ਕਿ ਬੇਟੀ ਦੇ ਭਵਿੱਖ ਬਾਰੇ ਵੀ ਚਲੋ ਜਾਂ ਜਿਤਨਾ ਇਹ ਪੜੀ ਆ ਜਾਂ ਕੱਲ ਨੂੰ ਕਿਤੇ ਜੌਬ ਤੇ ਖੜੀ ਹੋ ਜੇ ਇੱਕ ਇਹਦੇ ਕੋਤੇ ਲੱਤ ਦਾ ਵੀ ਥੋੜੀ ਪ੍ਰੋਨ ਹੋ ਜਾਂਦੀ ਪਿੱਛੇ ਲਾਤ ਲਵਾਣੀ ਇੱਕ ਅੱਗੇ ਲਵਾਈ ਕਲੈਂਪ ਤੋਂ ਪਰ ਉਹ ਸੈੱਟ ਨਹੀਂ ਬੈਠੀ ਤੇ ਇੱਕ ਇਹ ਚੰਨੇ ਸਕੂਟਰੀ ਸਕਟਰੀ ਜਿ ਤਰ੍ਹਾਂ ਅੱਜ ਕੱਲ ਚੱਲੀਆਂ ਹੈ ਹੈਂਡੀਕੈਪ ਵੀ ਬੰਦਾ ਮਰੀਜ਼ ਇਧਰ ਉਧਰ ਚੱਲ ਜਾਂਦਾ ਹੈ ਇਹ ਆਪਣੇ ਥੋੜਾ ਬਤਾ ਇਹਨੂੰ ਵੀ ਹੌਸਲਾ ਵੀ ਮੈਂ ਬਾਹਰ ਅੰਦਰ ਜਾਣਾ ਜਾਂ ਕਿਸ ਤਰ੍ਹਾਂ ਵੀ ਮਤਲਬ ਥੋੜਾ ਕਿਤੇ ਨਾ ਕਿਤੇ ਸਟੈਂਡ ਇਹ ਸਟੈਂਡ ਦੇ ਮਾਨਾ ਵੀ ਕਿਤੇ ਨਾ ਕਿਤੇ ਜੋਬ ਤੇ ਖੜੀ ਹੋ ਜੇ ਤੇ ਚਲੋ ਆਪਣਾ ਤੇ ਹੁਣ ਅੱਜ ਕੱਲ ਬੰਦੇ ਨੂੰ ਪਤਾ ਨਹੀਂ ਜ਼ਿੰਦਗੀ ਦਾ ਤੇ ਚਲੋ ਇਹ ਕਿਸੇ ਦੇ ਲਈ ਮਤਾਜ ਨਾ ਬਣੇ ਆਪਣਾ ਮੋਬਾਈਲ ਨੰਬਰ ਬੋਲ ਦੂੰ 9814928539 ਦੁਬਾਰਾ ਬੋਲ ਦੂੰ 9814928539 ਸੋ ਸਾਡੇ ਨਾਲ ਉਹ ਕੁੜੀਆ ਮੌਜੂਦ ਆ ਗੱਲਬਾਤ ਕਰਦੇ ਆ ਹਾਂਜੀ ਕੁੜੀਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੈਕਪ੍ਰਿਤ ਕੌਰ ਹੈ ਤਾਂ ਤੁਹਾਡੇ ਫਾਦਰ ਸਾਹਿਬ ਨੇ ਦੱਸਿਆ ਕਿ ਕਿਹੜੇ ਹਾਲਾਤਾਂ ਤੋਂ ਵਿੱਚੋਂ ਤੁਸੀਂ ਵੀ ਨਿਕਲੇ ਹੋ ਤੇ ਤੁਹਾਡੇ ਪਿਤਾ ਜੀ ਵੀ ਨਿਕਲੇ ਆ ਉਹਨਾਂ ਨੇ ਦੱਸਿਆ ਕਿ ਇੱਕ ਸਮਾਂ ਇਸ ਤਰ੍ਹਾਂ ਦਾ ਵੀ ਆਇਆ ਸੀ ਕਿ ਤੁਸੀਂ ਕਹਿੰਦੇ ਸੀ ਕਿ ਮੈਂ ਜੀਣਾ ਨਹੀਂ ਚਾਹਨੀ ਮੈਨੂੰ ਇੰਜੈਕਸ਼ਨ ਲਗਾ ਦਿਓ ਮੈਨੂੰ ਮੌਤ ਜਲਦੀ ਆ ਜਾਵੇ ਕਿਉਂਕਿ ਜੋ ਦਰਦ ਸੀ ਉਹ ਸਹੀ ਨਹੀਂ ਸੀ ਜਾਂਦੀ ਹਾਂਜੀ ਇਹ ਮੇਰੇ ਕੋਲ ਦਰਦ ਵੀ ਨਹੀਂ ਸਹੀ ਜਾਂਦੀ ਕਈ ਵਾਰੀ ਤੇ ਇਤਰਾ ਹੁੰਦਾ ਹੀ ਮੈਂ ਮਾਰੀ ਜਾਵਾ ਤੇ ਇਹਨਾਂ ਨੇ ਹੌਸਲਾ ਵੀ ਮੈਨੂੰ ਬੜਾ ਦਿੱਤਾ ਵੀਰਾਂ ਨੇ ਵੀ ਹੌਸਲਾ ਦਿੱਤਾ ਬਾਹਰੋਂ ਜਿਨ੍ਹਾਂ ਨੇ ਵੀ ਉਹਨਾਂ ਨੇ ਵੀ ਹੌਸਲਾ ਦਿੱਤਾ ਭੈਣੇ ਨਾ ਤੂੰ ਹਿੰਮਤ ਹਾਰ ਮੈਨੂੰ ਰੱਬ ਤੇ ਵੀ ਕਈ ਵਾਰੀ ਆਉਂਦਾ ਹੀ ਮੈਂ ਰੱਬ ਨੂੰ ਵੀ ਦੋਸ਼ ਦੇਂਦੀ ਉਹ ਨਹੀਂ ਮੈਨੂੰ ਕਾਹਦੀ ਗੱਲੋਂ ਐਤਰਾ ਬਣਾਇਆ ਮੈਨੂੰ ਜਨਮ ਕਿਉਂ ਦਿੱਤਾ ਤੇ ਮੈਂ ਕਈ ਵਾਰੀ ਰੋਣਾ ਤੇ ਇਹਨਾਂ ਨੇ ਕਹਿਣਾ ਨਹੀਂ ਤੂੰ ਹਿੰਮਤ ਨਾ ਹਾਰ ਇਹ ਵੀ ਰੋਂਦੇ ਹੁੰਦੇ ਮੰਮੀ ਡੈਡੀ ਵੀ ਇਹ ਚੋਰੀ ਜਾ ਕੇ ਰੋਣਾ ਦੇ ਮੈਨੂੰ ਵੀ ਕਈ ਵਾਰੀ ਪਤਾ ਲੱਗ ਜਾਂਦਾ ਹੁੰਦਾ ਹੀ ਮੈਂ ਵੀ ਰੋ ਲਾਪਾ ਨਹੀਂ ਹੁੰਨੀ ਸੀ ਮੈਨੂੰ ਟੀਕਾ ਵੀ ਲਵਾਉਣਾ ਤੇ ਮੈਂ ਕਹਿੰਨੀ ਹੁ ਨਹੀਂ ਇਹਨਾਂ ਨੂੰ ਕਿ ਟੀਕਾ ਮੈਨੂੰ ਲਵਾ ਦਿਓ ਇਹ ਪਰ ਕਹਿੰਦੇ ਨਹੀਂ ਤੈਨੂੰ ਮਾਰਨਾ ਨਹੀਂ ਆਪਾਂ ਇਹ ਕਈ ਵਾਰੀ ਸਲਾਹ ਹਰ ਜਾਂਦੇ ਹੀ ਆਪਣਾ ਹੀ ਤਾਂ ਕੀ ਬੰਨਣਾ ਕਿ ਚਾਹੁੰਦੇ ਸੀ ਤੁਸੀਂ ਮੈਂ ਫੌਜੀ ਬੰਨਣਾ ਚਾਹੁੰਨੀ ਸੀ ਤਾਂ ਜਦੋਂ ਫਿਰ ਤੁਹਾਨੂੰ ਪਤਾ ਲੱਗਾ ਕਿ ਲੱਤ ਜਿਹੜੀ ਆ ਉਹ ਕਟਣੀ ਪੈਣੀ ਆ ਮੈਨੂੰ ਲੱਤ ਦਾ ਜਦੋਂ ਕੱਟਣ ਨੂੰ ਕਿਹਾ ਮੈਂ ਵੀ ਬੜਾ ਰੋਈ ਹੀ ਪਰ ਕਟੂਣਾ ਮੈਂ ਨਹੀਂ ਚਾਹੁੰਦੀ ਤੇ ਡੈਡੀ ਕਹਿੰਦੇ ਫਿਰ ਬੱਸ ਜਨ ਇਹੋ ਹੀ ਆ ਤੇ ਹਮ অপশন ਵੀ ਇਹੋ ਹੀ ਹੈ ਫਿਰ ਮੈਂ ਜਿੰਨਾ ਹੋਇਆ ਮੈਂ ਉਨੀਂ ਪਰਹੀ ਮਤ ਰੱਖੀ ਪਰ ਮੈਂ ਨਹੀਂ ਕਟਾਉਣਾ ਚਾਹੁੰਦੀ ਸੀ ਲਤਨ ਪਰ ਜਿਹੜੇ ਤੁਹਾਡੇ ਨਾਲ ਲੜਕੀਆਂ ਪੜਦੀਆਂ ਸੀ ਜਾਂ ਜਿਹੜੇ ਤੁਹਾਨੂੰ ਅਧਿਆਪਕ ਪੜਾਉਂਦੇ ਸੀ ਹਾਲਚਲ ਪੁੱਛਣ ਹੁੰਦੇ ਰਹੇ ਨਹੀਂ ਕੋਈ ਨਹੀਂ ਆਉਂਦਾ ਸਾਡੇ ਇਥੇ ਤੁਹਾਨੂੰ ਦ ਹਾਲਚਲ ਨਹੀਂ ਪੁੱਛਣਾ ਕੋਈ ਸਹੇਲੀ ਨਾ ਦੋਸਤ ਕੋਈ ਵੀ ਨਹੀਂ ਆਉਂਦਾ ਰਿਸ਼ਤੇਦਾਰ ਵੀ ਨਹੀਂ ਕਈ ਆਉਂਦੇ ਜੇ ਕੋਈ ਆਉਂਦਾ ਤੇ ਮੇਰੇ ਲੱਗ ਖਲਾਉਂਦਾ ਨਹੀਂ ਸਾਡੇ ਘਰ ਨਹੀਂ ਕੋਈ ਆਉਂਦਾ ਉਹ ਕਹਿੰਦੇ ਵੀ ਬਿਮਾਰੀ ਵਾਲੀ ਕੁੜੀ ਇਹਦੇ ਲਾਗੇ ਨਾ ਖਲੋ। ਦੂਰ ਚੱਲ ਜਾਂਦੇ ਨੇ। ਜੇ ਕੋਈ ਖਲੌਂਦੀ ਕੁੜੀ ਉਹਨੂੰ ਹੀ ਸਾਧ ਲਾਂਦੇ ਨੇ। ਪਾਜੀ ਜੀ ਰੀ ਦੱਸ ਰਹੇ ਸੀ ਜਦੋਂ ਮੈਂ ਘਰ ਆਇਆ ਕਹਿੰਦੇ ਬੜੀ ਨਿਦੀਕੀ ਰਿਸ਼ਤੇਦਾਰੀ ਆ ਜਿਹੜੀ ਤੁਹਾਡੀ ਬਹੁਤ ਨਿਦੀਕੀ ਰਿਸ਼ਤੇਦਾਰੀ ਆ ਉਹ ਵੀ ਤੁਹਾਨੂੰ ਚੰਗਾ ਨਹੀਂ ਸਮਝਦੇ। ਹਾਂਜੀ ਹਾਂ ਨੂੰ ਕੋਈ ਨਹੀਂ ਚੰਗਾ ਸਮਝਦਾ ਹੈਗਾ। ਸਾਡੇ ਖੁਰਦੇ ਰਿਸ਼ਤੇਦਾਰ ਨਹੀਂ ਸਮਝਦੇ। ਤਾਂ ਹੁਣ ਕੀ ਬੰਨਾ ਚਾਹੁੰਦੇ ਹੋ? ਉਹਨੂੰ ਕੰਪਿਊਟਰ ਦਾ ਬੰਨਾ ਚਾਹੁੰਨੇ ਆ ਕਿਹੜੀ ਕਲਾਸ ਚੋਂ ਹੋ ਤੁਸੀਂ ਅਸੀਂ 11ਵੀਂ ਚ ਹੁਣ ਫਿਰ ਸਕੂਲ ਜਾ ਰਹੇ ਹੋ ਨਹੀਂ ਘਰੇ ਬੈਠੇ ਪੜ੍ਹ ਰਹੇ ਆ ਪਰ ਘਰੇ ਵੀ ਨਹੀਂ ਮਨ ਲੱਗਦਾ ਬੋਰ ਹੋਈ ਜਾਂਦੇ ਆ ਸਰਕਾਰ ਕੋ ਮੈਂ ਹੋ ਮੰਗਣਾ ਚਾਹੁੰਨੀ ਮੈਨੂੰ ਕੋਈ ਅਸ਼ੀ ਨੌਕਰੀ ਦਿੱਤੀ ਜਾਏ ਜਾਂ ਮੈਨੂੰ ਕੋਈ ਸੈਗਲੀ ਜਾਂ ਲਾਤ ਲਵਾਈ ਜਾਏ ਮੈਨੂੰ ਕੋਈ ਮੈਂ ਇਹੋ ਚ ਮੰਗਦਾ ਚਾਹੁੰਨੀ ਸਰਕਾਰ ਸੋ ਇਹ ਸਾਡੇ ਨਾਲ ਉਹ ਧੀ ਜਿਸ ਨੂੰ ਅਜ ਤੋਂ ਕੋਸਟਾਲ ਪਹਿਲਾਂ ਕੈਂਸਰ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਕੈਂਸਰ ਇੰਨਾ ਜ਼ਿਆਦਾ ਫੈਲ ਜਾਂਦੀ ਹੈ ਕਿ ਇਹਨਾਂ ਦੀ ਇੱਕ ਲਤ ਕੱਟਣੀ ਪੈਂਦੀ ਹੈ ਸੋ ਇਹਨਾਂ ਦੇ ਪਿਤਾ ਜੀ ਦੁਆਰਾ ਤੁਹਾਡੇ ਨਾਲ ਆਪਣਾ ਨੰਬਰ ਵੀ ਸਾਂਝਾ ਕੀਤਾ ਗਿਆ ਜੇਕਰ ਤੁਸੀਂ ਇਹਨਾਂ ਦੀ ਮਦਦ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਦਿੱਤੇ ਹੋਏ ਨੰਬਰ ਉਤੇ ਗੱਲਬਾਤ ਕਰਕੇ ਇਹਨਾਂ ਦੀ ਮਦਦ ਕਰ ਸਕਦੇ ਹੋ ਸੋ ਤੁਸੀਂ ਟੀਵੀਐਨ ਦੇ ਨਾਲ ਜੁੜੇ ਹੋਏ ਸੀ ਪਿੰਟ ਜਗਦੇਵ ਕੌਰ ਤੋਂ ਪ੍ਰਦੀਪ ਅਰੋੜਾ